ਮੁਸਮਰਥ ਅਕਥ ਅਗੋਚਰ ਜੀਓ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਧੰਨ ਵਾਹਿਗੁਰੂ ਜੀ ਸੂਹੀ ਮਹਲਾ ਪਹਿਲਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅੰਤਰ ਵਸੈ ਨਾ ਬਾਹਰ ਜਾਏ ਅੰਮ੍ਰਿਤ ਛੋੜ ਕਾਹੇ ਬਿਖ ਖਾਏ ਐਸਾ ਗਿਆਨ ਜਪੋ ਮਨ ਮੇਰੇ ਹੋਵੋ ਚਾਕਰ ਸਾਚੇ ਕੇਰੇ ਗਿਆਨ ਧਿਆਨ ਸਭ ਕੋਈ ਰਵੈ ਬੰਧਨ ਬੰਧਿਆ ਸਭ ਜਗ ਭਵੈ ਸੇਵਾ ਕਰੇ ਸੋਚਾ ਕਰ ਹੋਏ ਜਲ ਥਲ ਮਹੀਲ ਰਾਵ ਰਹਿਆ ਸੋਏ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਪ੍ਰਣਵਤ ਨਾਨਕ ਤਾਰੇ ਸੋਏ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਪ੍ਰਣਵਤ ਨਾਨਕ ਤਾਰੇ ਸੋਏ ਪਰਮ ਸਤਿਕਾਰਯੋਗ ਗਰੀਬ ਨਿਵਾਜ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਸਵਾਰੇ ਸਤਸੰਗੀ ਜਨੋ ਅਕਾਲ ਪੁਰਖ ਵਾਹਿਗੁਰੂ ਜੀ ਨੇ ਅਪਾਰ ਕਿਰਪਾ ਬਖਸ਼ਿਸ਼ ਕੀਤੀ ਹੈ ਸਤਸੰਗਤ ਰੂਪ ਵਿੱਚ ਗੁਰੂ ਸਾਹਿਬ ਜੀ ਦੇ ਪਾਵਨ ਦਰਬਾਰ ਵਿੱਚ ਸੱਜ ਕੇ ਗੁਰੂ ਸਵਾਰਿਆਂ ਪਾਸੋਂ ਆਪ ਸਰਬੱਤ ਸੰਗਤ ਨੇ ਬੜੀ ਇਕਾਗਰਤਾ ਬੜੇ ਪਿਆਰ ਨਾਲ ਸਤਿਗੁਰੂ ਜੀ ਦੀ ਅੰਮ੍ਰਿਤਮਈ ਪਾਵਨ ਬਾਣੀ ਦਾ ਕੀਰਤਨ ਸ਼ਰਵਣ ਕੀਤਾ ਹੈ। ਆਓ ਜਿੱਥੇ ਆਪ ਜੀ ਨੇ
ਕੀਰਤਨ ਰਾਹੀਂ ਗੁਰੂ ਸ਼ਬਦ ਨਾਲ ਸਾਂਝ ਬਣਾਉਣ ਦਾ ਯਤਨ ਕੀਤਾ ਹੈ। ਕੁਝ ਸਮੇਂ ਲਈ ਗੁਰੂ ਮਹਾਰਾਜ ਦੀ ਪਾਵਨ ਬਾਣੀ ਦੀ ਵਿਚਾਰ ਨਾਲ ਆਪਣੀਆਂ ਬਿਰਤੀਆਂ ਨੂੰ ਜੋੜੀਏ। ਸਾਰੀ ਸੰਗਤ ਕਲਗੀਧਰ ਸਵਾਮੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਬੁਲੰਦ ਆਵਾਜ਼ ਵਿੱਚ ਸਾਂਝੀ ਕਰੋ। ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੇਵ ਜੀ ਆਪਣੀ ਮੁਬਾਰਕ ਬਾਣੀ ਅੰਦਰ ਜਪ, ਜਪੋ, ਜਪਨਾ ਇਹ ਸ਼ਬਦ ਬਾਰੰਬਾਰ ਆਪਣੀ ਬਾਣੀ ਵਿੱਚ ਵਰਤਦੇ ਹਨ। ਜਪ ਦਾ ਭਾਵ ਹੈ ਦ੍ਰਿੜ ਕਰੋ, ਪੱਕਾ ਕਰ ਲਵੋ, ਆਪਣੀ ਸੁਰਤ ਵਿੱਚ ਟਿਕਾ ਲਵੋ। ਗਿਆਨ ਦਾ ਭਾਵ ਹੈ ਸੂਝ, ਸਮਝ, ਉਹ ਸੂਝ ਜਿਹੜੀ ਗੁਰੂ ਬਖਸ਼ਿਸ਼ ਕਰਦਾ ਹੈ। ਵੈਸੇ ਦੁਨੀਆਂ ਦੇ ਅੰਦਰ ਬੜਾ ਕੁਝ ਮਨੁੱਖ ਵਾਸਤੇ ਸਿੱਖਣ ਲਈ ਹੈ। ਆਪਣਾ ਕੋਈ ਕਿੱਤਾ ਮਨੁੱਖ ਨੇ ਕਰਨਾ ਹੋਵੇ ਤਾਂ ਉਹ ਵੀ ਸਭ ਤੋਂ ਪਹਿਲਾਂ ਸਿੱਖਣਾ ਪੈਂਦਾ ਹੈ ਦੁਨੀਆਂ ਦੇ ਵਿੱਚ ਕਿਸੇ ਨਾ ਕਿਸੇ ਲਾਇਕ ਯੋਗ ਉਸਤਾਦ ਕੋਲੋਂ। ਵੱਖਰੇ ਵੱਖਰੇ ਕਿੱਤੇ ਦੁਨੀਆਂ ਸਿੱਖਦੀ ਹੈ, ਸਿੱਖਣ ਤੋਂ ਬਾਅਦ ਫਿਰ ਉਹ ਪ੍ਰੋਫੈਸ਼ਨ ਬਣ ਜਾਂਦਾ ਹੈ। ਪਰ ਇੱਕ ਸਿੱਖ ਸ਼ਬਦ ਜਿਹੜਾ ਹੈ ਉਹ ਕੇਵਲ ਜਿਹੜਾ ਗੁਰੂ ਦੀ ਸਿੱਖਿਆ ਨੂੰ ਧਾਰਨ ਕਰਨ ਵਾਸਤੇ ਯਤਨਸ਼ੀਲ ਹੈ, ਗੁਰੂ ਮਹਾਰਾਜ ਦੇ ਉਪਦੇਸ਼ ਨੂੰ ਆਪਣੇ ਮਨ ਵਿੱਚ ਵਸਾਉਣ ਵਾਸਤੇ ਤਤਪਰ ਹੈ, ਉਹਦੀ ਕਮਾਈ ਕਰਦਾ ਹੈ। ਸਿੱਖ ਸ਼ਬਦ ਧਰਮ ਦੀ ਦੁਨੀਆਂ ਅੰਦਰ ਕੇਵਲ ਉਸ ਲਈ ਰਾਖਵਾਂ ਹੈ। ਗਿਆਨ ਦੁਨੀਆਂ ਵਿੱਚ ਵੀ ਬਹੁਤ ਹੈ, ਹਰ ਕਿੱਤੇ ਦਾ, ਹਰ ਪ੍ਰੋਫੈਸ਼ਨ ਦਾ, ਹਰ ਲਾਈਨ ਦਾ ਆਪਣਾ ਗਿਆਨ ਹੈ, ਆਪਣੀ ਬਾਤ ਹੈ, ਆਪਣੀ ਥਿਊਰੀ ਹੈ, ਆਪਣਾ ਪ੍ਰੈਕਟੀਕਲ ਹੈ। ਪਰ ਜਿਸ ਗਿਆਨ ਦੀ ਬਾਤ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਰਦੇ ਨੇ, ਉਸ ਗਿਆਨ ਦਾ ਭਾਵ ਹੈ ਗੁਰੂ ਦੀ ਮੱਤ ਦੀ ਕਮਾਈ ਕਰਕੇ ਆਪਣੀ ਸੁਰਤ ਨੂੰ ਉੱਚਿਆ ਕਰਨਾ, ਆਪਣੀ ਸੁਰਤ ਨੂੰ ਘੜ ਲੈਣਾ, ਜਿਸ ਨੂੰ ਆਪ ਜਪਜੀ ਸਾਹਿਬ ਦੀ ਬਾਣੀ ਚੋਂ ਪੜ੍ਹਦੇ ਹੋ, ਤਿੱਥੇ ਘੜੀ ਹੈ ਸੁਰਤ ਮਤ ਮਨ ਬੁੱਧ, ਤਿੱਥੇ ਘੜੀ ਹੈ ਸੁਰਾਂ ਸਿੱਧਾਂ ਕੀ ਸੁਧ। ਉਸ ਗਿਆਨ ਦੀ ਵਡਿਆਈ ਗੁਰਬਾਣੀ ਦੇ ਅੰਦਰ ਭੱਟ ਸਾਹਿਬਾਨਾਂ ਨੇ ਕੀਤੀ, ਗੁਰ ਬਿਨ ਭੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਉਸੇ ਗਿਆਨ ਨੂੰ ਆਖਿਆ ਗਿਆਨ ਕਾ ਵਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਪਰ ਇਹ ਗਿਆਨ ਕੋਈ ਅੱਖਰੀ ਨਹੀਂ ਹੈ, ਅੱਖਰ ਤਾਂ ਕੇਵਲ ਜਾਣਨ ਵਾਸਤੇ, ਸਮਝਣ ਵਾਸਤੇ। ਉਸ ਗਿਆਨ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਮੁਬਾਰਕ ਬਾਣੀ ਦੇ ਵਿੱਚ ਜਦੋਂ ਵਿਆਖਿਆ ਦਿੱਤੀ ਹੈ ਨਾ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਰਚਨ ਵਾਲੇ ਮਹਾਂਪੁਰਖਾਂ ਨੇ, ਕਹੋ ਕਬੀਰ ਮੈਂ ਸੋ ਗੁਰ ਪਾਇਆ ਜਾਂ ਕਾ ਨਾਉ ਵਿਵੇਕੋ, ਜਿਹਨੂੰ ਵਿਵੇਕ ਆਖਦੇ ਹਨ। ਸ਼ਬਦ ਨੂੰ ਕਵਾ ਕੇ ਜਿਹੜੀ ਸੂਝ ਆਉਣੀ ਹੈ ਨਾ ਅੰਦਰ, ਉਹਨੂੰ ਗਿਆਨ ਆਖਿਆ ਗਿਆ ਹੈ, ਬਾਕੀ ਨੌਲੇਜ ਹੈ। ਬ੍ਰਹਮਦਾਸ ਪੰਡਿਤ ਨੂੰ ਗੁਰੂ ਨਾਨਕ ਮਹਾਰਾਜ ਇਹ ਸਮਝਾਉਂਦੇ, ਉਹਨਾਂ ਨੇ ਵੇਦ ਪੜ੍ਹੇ, ਸਿਮਰਤੀਆਂ ਪੜ੍ਹੀਆਂ, ਸ਼ਾਸਤਰ ਪੜ੍ਹੇ, ਪੁਰਾਣ ਪੜ੍ਹੇ, ਧਾਰਮਿਕ ਗ੍ਰੰਥਾਂ ਦਾ ਬੜਾ ਡੂੰਘਾ ਅਧਿਐਨ ਹੈ ਉਹਦੇ ਕੋਲ, ਬੜੀ ਜਾਣਕਾਰੀ ਹੈ ਉਹਦੇ ਕੋਲ। ਗਰੀਬ ਨਵਾਜ ਗੁਰੂ ਨਾਨਕ ਮਹਾਰਾਜ ਜਦੋਂ ਉਹਦੇ ਨਾਲ ਵਿਚਾਰ ਕਰਦੇ ਨੇ, ਜਦੋਂ ਉਸ ਨਾਲ ਧਾਰਮਿਕ ਵਿਸ਼ੇ ਦੇ ਉੱਤੇ ਵਿਚਾਰ ਵਟਾਂਦਰਾ ਹੁੰਦਾ, ਉਹਨੂੰ ਹਜ਼ੂਰ ਇਹ ਗੱਲ, ਇਹ ਵਿਚਾਰ ਦ੍ਰਿੜ ਕਰਾਉਂਦੇ ਨੇ, ਨਾਨਕ ਲੇਖਾ ਇੱਕ ਗੱਲ ਹੋਰ ਹਉਮੈ ਝੱਖਣਾ ਝਾਕ, ਲੇਖੇ ਚਿੱਕੋ ਬਾਤ ਵੀ ਤੇਰੀ ਕਮਾਈ ਦਾ ਅੰਗ ਕੀ ਬਣਿਆ, ਹਿੱਸਾ ਕੀ ਬਣਿਆ, ਬਾਕੀ ਤਾਂ ਤੈਨੂੰ ਨੌਲੇਜ ਹੈ, ਬਾਕੀ ਤਾਂ ਇਹ ਕੇਵਲ ਦਿਮਾਗੀ ਕਸਰਤ ਹੈ। ਜਾਣਕਾਰੀ ਤੇ ਗਿਆਨ ਵਿੱਚ ਇੰਨਾ ਅੰਤਰ ਗੁਰਬਾਣੀ ਦੇ ਅੰਦਰ, ਪੈ ਕਾਹੂ ਕੋ ਦੇਤ ਨਹਿ ਪੈ ਮਾਨ ਤਾਨ,
ਕਿ ਕੋਈ ਭੈ ਦੇਵੇ ਵੀ ਨਾ ਭੈ ਮੱਲੇ ਵੀ ਨਾ, ਉਹਨੂੰ ਗਿਆਨੀ ਆਖਿਆ ਬਾਣੀ ਦੇ ਅੰਦਰ। ਪ੍ਰਣਵਤ ਨਾਨਕ ਗਿਆਨੀ ਕੈਸਾ ਹੋਏ। ਗਿਆਨੀ ਕਿਹਨੂੰ ਕਹਿੰਦੇ ਨੇ? ਜਿਹੜਾ ਆਪੇ ਨੂੰ ਪਛਾਣਦਾ, ਜਿਹੜਾ ਆਪਣੇ ਅੰਦਰ ਦੇ ਹਿਰਦੇ ਨੂੰ ਅਕਾਲ ਪੁਰਖ ਦੇ ਗੁਣਾਂ ਦੇ ਨਾਲ ਇਸ ਕਦਰ ਜੋੜ ਲੈਂਦਾ, ਉਹਨੂੰ ਅਕਾਲ ਪੁਰਖ ਦੀ ਰਜ਼ਾ ਦੀ ਸੋਝੀ ਹੋ ਜਾਂਦੀ ਹੈ, ਸੁੱਖ ਦੁੱਖ ਬਰਾਬਰ ਹੋ ਜਾਂਦਾ। ਗੁਰਦੇਵ ਉਹਨੂੰ ਕਹਿੰਦੇ ਉਸਤਤ ਨਿੰਦਾ ਬਰਾਬਰ ਹੋ ਗਈ, ਗਿਆਨੀ ਬਣ ਗਿਆ, ਉਹ ਗਿਆਨਵਾਨ ਹੋ ਗਿਆ। ਇਵੇਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਜਾਣਕਾਰੀ ਤੇ ਗਿਆਨ ਦੇ ਵਿੱਚ ਇੱਕ ਅੰਤਰ ਰੱਖਿਆ। ਜਾਣਕਾਰੀ ਰਾਹੀਂ ਹੀ ਗਿਆਨ ਹੋਣਾ, ਪਰ ਜਾਣਕਾਰੀ ਹੋ ਗਈ ਇਹਦਾ ਮਤਲਬ ਇਹ ਨਹੀਂ ਵੀ ਗਿਆਨ ਆ ਗਿਆ। ਉਹਨੂੰ ਕਮਾ ਲਿਆ ਜਾਣਕਾਰੀ ਨੂੰ, ਜਿਹੜੀ ਗੁਰੂ ਨੇ ਮਤ ਦਿੱਤੀ ਹੈ ਉਹਨੂੰ ਕਮਾ ਲਿਆ, ਫਿਰ ਗਿਆਨੀ ਹੋ ਗਿਆ। ਗਰੀਬ ਵਾਰ ਬਖਸ਼ਿਸ਼ ਕਰਦੇ ਆ ਸ਼ਬਦ ਦੇ ਵਿੱਚ ਆਖਦੇ ਨੇ, ਐਸਾ ਗਿਆਨ ਜਪੋ ਮਨ ਮੇਰੇ। ਹੇ ਮੇਰੇ ਮਨ, ਇਸ ਸਮਝ ਨੂੰ, ਇਸ ਸੂਝ ਨੂੰ ਦ੍ਰਿੜ ਕਰ ਆਪਣੇ ਅੰਦਰ, ਇਹਨੂੰ ਜਜ਼ਬ ਕਰ ਲਏ ਆਪਣੇ ਅੰਦਰ। ਕਿਹੜੀ ਸਮਝ? ਹੋਵੋ ਚਾਕਰ ਸੱਚੇ ਘੇਰੇ, ਸੱਚੇ ਵਾਹਿਗੁਰੂ ਦਾ ਚਾਕਰ ਬਣ, ਨੌਕਰ ਬਣ, ਸੇਵਾਦਾਰ ਬਣ। ਧੰਨ ਗੁਰੂ ਨਾਨਕ ਮਹਾਰਾਜ ਆਖਦੇ ਨੇ ਆਪਣੀ ਬਾਣੀ ਅੰਦਰ, ਵੈਸੇ ਚਾਕਰ ਦੇ ਸੇਵਾਦਾਰ ਦੇ ਗੁਣ ਖੂਬੀਆਂ ਉਹਦੇ ਜੀਵਨ ਦੀ ਵਿਆਖਿਆ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕੀਤੀ ਹੈ। ਉਹ ਬਾਤ ਵੱਖਰੀ ਹੈ ਵੀ ਅਸੀਂ ਕਈ ਵਾਰ ਗੁਰਬਾਣੀ ਦੇ ਅਰਥ ਨੂੰ ਸਮਝਣ ਵਾਸਤੇ ਬਾਹਰ ਦੀਆਂ ਉਦਾਹਰਨਾਂ ਲੈ ਲੈਂਦੇ ਹਾਂ, ਪਰ ਗੁਰਬਾਣੀ ਆਪਣੇ ਅਰਥ ਆਪ ਬਿਆਨ ਕਰ ਜਾਂਦੀ ਹੈ, ਬਾਹਰੋਂ ਉਸਦੇ ਅਰਥ ਨਹੀਂ ਲੱਭਣੇ ਪੈਂਦੇ। ਸਮਝਾਉਣ ਵਾਸਤੇ ਬਾਹਰੋਂ ਉਦਾਹਰਨ ਬਾਣੀ ਵਿੱਚ ਵੀ ਵਰਤੀ ਗਈ ਹੈ। ਕਿਸਾਨ ਦੀ ਉਦਾਹਰਨ ਵਰਤੀ ਹੈ, ਮਹਾਰਾਜ ਨੇ ਘੁਮਿਆਰ ਦੀ ਉਦਾਹਰਨ ਵਰਤੀ ਹੈ, ਸਤਿਗੁਰਾਂ ਨੇ ਮਾਲੀ ਦੀ ਉਦਾਹਰਨ ਵਰਤੀ, ਇੱਥੋਂ ਤੱਕ ਪਸ਼ੂਆਂ ਤੇ ਪੰਛੀਆਂ ਦੀਆਂ ਉਦਾਹਰਨਾਂ ਵਰਤੀਆਂ। ਪਰ ਵੇਖੋ ਕਿੰਨੀ ਅਚੰਭੇ ਦੀ ਗੱਲ ਹੈ, ਮਨ ਨੂੰ ਟੁੰਬ ਜਾਣ ਵਾਲੀ। ਦੁਨੀਆਂ ਅੰਦਰ ਕਿਸੇ ਵੀ ਧਾਰਮਿਕ ਮਹਾਨ ਪੁਰਖ ਨੇ ਕਿਸੇ ਵੀ ਧਰਮ ਗ੍ਰੰਥ ਅੰਦਰ ਪਸ਼ੂ ਨੂੰ ਸਮਝਾਉਣ ਵਾਸਤੇ ਉਪਦੇਸ਼ ਨਹੀਂ ਦਿੱਤਾ, ਮਨੁੱਖ ਨੂੰ ਸਮਝਾਉਣ ਵਾਸਤੇ ਉਪਦੇਸ਼ ਦਿੱਤਾ। ਤੇ ਪਸ਼ੂ ਨੂੰ ਨਹੀਂ ਸਮਝਾਇਆ ਗਿਆ ਵੀ ਪਸ਼ੂ ਤੈਨੂੰ ਕਿਹੋ ਜਿਹਾ ਬਣਨਾ ਚਾਹੀਦਾ, ਮਨੁੱਖ ਨੂੰ ਸਮਝਾਇਆ ਗਿਆ। ਪਰ ਕਮਾਲ ਦੀ ਬਾਤ ਇਹ ਹੈ, ਮਨੁੱਖ ਨੂੰ ਸਮਝਾਉਣ ਵਾਸਤੇ ਉਦਾਹਰਨਾਂ ਪਸ਼ੂਆਂ ਦੀਆਂ ਵੀ ਵਰਤੀਆਂ, ਪੰਛੀਆਂ ਦੀਆਂ ਵੀ ਵਰਤੀਆਂ। ਇਹਦਾ ਭਾਵ ਹੈ ਕਿ ਮਹਾਰਾਜ ਮਨੁੱਖ ਨੂੰ ਦ੍ਰਿੜ ਕਰਵਾ ਰਹੇ ਨੇ ਕਿ ਚੰਗਾ ਇਨਸਾਨ ਬਣਨ ਲਈ, ਨੇਕ ਬਖਤ ਬਣਨ ਲਈ, ਧਰਮੀ ਬਣਨ ਲਈ, ਸਹੀ ਅਰਥਾਂ ਵਿੱਚ ਮਨੁੱਖ ਬਣਨ ਲਈ ਤੈਨੂੰ ਬੜਾ ਕੁਝ ਸਿੱਖਣ ਦੀ ਲੋੜ ਹੈ, ਬੜਾ ਕੁਝ ਗੁਣ ਗ੍ਰਹਿਣ ਕਰਨ ਦੀ ਲੋੜ ਹੈ ਪਸ਼ੂਆਂ ਕੋਲੋਂ ਵੀ। ਸਤਿਗੁਰਾਂ ਨੇ ਉਦਾਹਰਨਾਂ ਦੇ ਕੇ ਸਿੱਖਿਆ ਲੈਣ ਦੀ ਪ੍ਰੇਰਨਾ ਕੀਤੀ, ਜਿਵੇਂ ਸਤਿਗੁਰੂ ਆਖਦੇ ਗੁਣ ਗੋਬਿੰਦ ਗਾਇਓ ਨਹੀਂ, ਜਨਮ ਆਕਾਰ ਥਕੀਨ ਕਹੋ ਨਾਨਕ ਹਰ ਭਜ ਮਨਾ, ਜੇ ਵੇਦ ਜਲ ਕੋ ਮੀ, ਜਿਉਂ ਕੁੱਕਰ ਹਰਕਾਇਆ ਧਾਵੈ ਦਹਿ ਦਿਸ ਜਾਏ, ਲੋਭੀ ਜੰਤਰਾ ਜਾਣੇ ਭਖ ਅਭਖ ਸਭ ਖਾਏ, ਸਵਾਮੀ ਕੋ ਗ੍ਰਹਿ ਜਿਉਂ ਤਜਾ ਸਦਾ, ਸਵਾਨ ਤਜਤ ਨਹੀਂ ਨਿਤ, ਨਾਨਕੇ ਵਿਦ ਹਰ ਭਜੋ ਇੱਕ ਮਨ ਹੋਏ ਇੱਕ ਚਿੱਤ। ਸਿਖਾਇਆ ਕਿਹਨੂੰ ਹੈ? ਨਾ ਤਾਂ ਕਿਸੇ ਮੱਛੀ ਨੂੰ ਪ੍ਰੇਰਨਾ ਕੀਤੀ ਹੈ ਵੀ ਤੈਨੂੰ ਇਹੋ ਜਿਹਾ ਹੋਣਾ ਚਾਹੀਦਾ, ਨਾ ਕਿਸੇ ਕੁੱਕਰ ਨੂੰ, ਕੁੱਤੇ ਨੂੰ ਪ੍ਰੇਰਨਾ ਕੀਤੀ ਹੈ, ਨਾ ਕਿਸੇ ਪੰਖੇਰੂ ਨੂੰ ਪ੍ਰੇਰਨਾ ਕੀਤੀ ਹੈ। ਇਹਨਾਂ ਦੀਆਂ ਉਦਾਹਰਨਾਂ ਵਰਤੀਆਂ, ਕੂਕਰ ਦੀ ਉਦਾਹਰਨ ਵਰਤੀ, ਮੱਛੀ ਦੀ ਉਦਾਹਰਨ ਵਰਤੀ, ਗਧੇ ਦੀ ਉਦਾਹਰਨ ਵਰਤੀ, ਕਾਂ ਦੀ ਉਦਾਹਰਨ ਵਰਤੀ, ਕੋਇਲ ਦੀ ਉਦਾਹਰਨ ਵਰਤੀ। ਸਮਝਾਇਆ ਕਿਹਨੂੰ? ਮਨੁੱਖ ਨੂੰ। ਆਖਿਆ ਮਨੁੱਖ ਇਹਨਾਂ ਵਾਲੇ ਗੁਣ ਆਪਣੇ ਜੀਵਨ ਚ ਲਿਆ ਜੋ ਇਹਨਾਂ ਚ ਖੂਬੀ ਹੈ। ਸਤਿਗੁਰਾਂ ਨੇ ਰੁੱਖਾਂ ਦੀਆਂ ਉਦਾਹਰਨਾਂ, ਚੰਦਨ ਦੀ ਉਦਾਹਰਨ ਬਾਣੀ ਦੇ ਵਿੱਚ ਵਰਤੀ, ਸਿੰਬਲ ਦੀ ਉਦਾਹਰਨ ਬਾਣੀ ਦੇ ਵਿੱਚ ਵਰਤੀ, ਨਿੰਮ ਦੀ ਉਦਾਹਰਨ ਵਰਤੀ, ਅੱਕ ਦੀ ਵਰਤੀ, ਇਰੰਡ ਦੀ ਵਰਤੀ, ਇਹ ਸਾਰੀਆਂ ਉਦਾਹਰਨਾਂ ਬਨਸਪਤੀ ਦੀਆਂ ਵੀ ਵਰਤ ਕੇ ਪ੍ਰੇਰਨਾ ਮਨੁੱਖ ਨੂੰ ਕੀਤੀ ਕਿ ਤੈਨੂੰ ਸਿੱਖਣ ਦੀ ਲੋੜ ਹੈ। ਕਿਧਰੇ ਪਸ਼ੂ ਨੂੰ ਨਹੀਂ ਆਖਿਆ,
ਵੀ ਤੈਨੂੰ ਇਹੋ ਜਿਹਾ ਹੋਣਾ ਚਾਹੀਦਾ, ਮਨੁੱਖ ਨੂੰ ਆਖੇ ਵੀ ਤੈਨੂੰ ਇਹੋ ਜਿਹਾ ਹੋਣਾ ਚਾਹੀਦਾ, ਕਿਉਂਕਿ ਧਰਮ ਗ੍ਰੰਥ ਮਨੁੱਖ ਵਾਸਤੇ ਹੈ, ਮਨੁੱਖ ਨੂੰ ਜੀਵਨ ਜਾਚ ਦੇਣ ਵਾਸਤੇ ਹੈ, ਮਨੁੱਖ ਨੂੰ ਸਮਝਾਉਣ ਵਾਸਤੇ ਕਿ ਮਨੁੱਖ ਨੇ ਆਪਣਾ ਜੀਵਨ ਕਿਸ ਢੰਗ ਦੇ ਨਾਲ ਜਿਉਣਾ ਹੈ, ਕਿਸ ਢੰਗ ਦੇ ਨਾਲ ਬਤੀਤ ਕਰਨਾ ਹੈ, ਤੇਰੇ ਜੀਵਨ ਅੰਦਰ ਕਿੱਥੇ ਕਿੱਥੇ ਖਰਾਬੀ ਆਉਂਦੀ, ਉਹਨੂੰ ਕਿਵੇਂ ਤੂੰ ਦੂਰ ਕਰਕੇ ਗੁਣਾਂ ਵਾਲਾ ਜੀਵਨ ਬਣਾਉਣਾ ਹੈ ਆਪਣਾ। ਇਸ ਕਰਕੇ ਪ੍ਰੇਰਨਾ ਉਦਾਹਰਨਾਂ ਬਾਕੀ ਵੀ ਵਰਤ ਲਈਆਂ, ਸਮਝਾ ਦਿੱਤਾ ਮਨੁੱਖ ਨੂੰ ਫੋਰ ਐਗਜ਼ਾਮਪਲ, ਉਦਾਹਰਣ ਦੇ ਕੇ। ਸੋ ਇਸ ਤਰ੍ਹਾਂ ਉਦਾਹਰਨਾਂ ਬਾਹਰੋਂ ਵਰਤੀਆਂ ਨੇ, ਪਰ ਅਰਥ ਜਿਹੜਾ ਨਾ ਬਾਣੀ ਦਾ, ਬਾਣੀ ਨੇ ਆਪ ਆਪਣਾ ਅਰਥ ਆਪ ਬਾਣੀ ਦੇ ਵਿੱਚ ਕੀਤਾ, ਉਹ ਅਰਥ ਲੱਭਣ ਵਾਸਤੇ ਸਾਨੂੰ ਬਾਹਰ ਭਟਕਣ ਦੀ ਜ਼ਰੂਰਤ ਨਹੀਂ ਪੈਂਦੀ। ਐਸੀ ਕਿਰਪਾ ਮਹਾਰਾਜ ਨੇ ਬਾਣੀ ਦੇ ਵਿੱਚ ਆਪ ਹੀ ਕਰ ਦਿੱਤੀ ਹੈ, ਤਾਂ ਕਿ ਕੋਈ ਉਲਝਣ ਨਾ ਰਹਿ ਜਾਏ, ਕੋਈ ਭੁਲੇਖਾ ਸਾਡੇ ਮਨਾਂ ਅੰਦਰ ਨਾ ਰਹਿ ਜਾਏ। ਚਾਕਰ ਦੀ ਪਰਿਭਾਸ਼ਾ ਹਜ਼ੂਰ ਬਾਣੀ ਦੇ ਵਿੱਚ ਦਿੰਦੇ, ਇੱਕ ਬੜਾ ਪਿਆਰਾ ਸ਼ਬਦ ਧੰਨ ਗੁਰੂ ਨਾਨਕ ਮਹਾਰਾਜ ਦਾ, ਸਤਿਗੁਰੂ ਆਖਦੇ ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਉਂ ਸੁਭਾਗਾ, ਗੁਰ ਕੀ ਬਚਨੀ ਹਾਟ ਬਿਕਾਨਾ ਜਿੱਤ ਲਾਇਆ ਤਿੱਤ ਲੱਗ। ਪੁਰਾਤਨ ਸਮਿਆਂ 'ਚ ਮਨੁੱਖਾਂ ਦੀ ਮੰਡੀ ਲੱਗਿਆ ਕਰਦੀ ਸੀ। ਸਾਡੀ ਤਾਰੀਖ, ਸਾਡੇ ਇਤਿਹਾਸ ਵਿੱਚ ਇਹਨਾਂ ਘਟਨਾਵਾਂ ਦਾ ਬੜਾ ਜ਼ਿਕਰ ਹੈ। ਜਦੋਂ ਅਰਬ ਈਰਾਨ ਦੇ ਮੁਲਕਾਂ ਦੇ ਵਿੱਚੋਂ, ਕਾਬਲ ਦੇ ਵਿੱਚੋਂ ਹਮਲੇ ਹੁੰਦੇ ਸਨ ਭਾਰਤ ਦੇ ਉੱਤੇ, ਤਾਂ ਇੱਥੋਂ ਦੇ ਨੌਜਵਾਨ, ਬੱਚੇ ਬੱਚੀਆਂ, ਕਾਰੀਗਰ, ਸਿਆਣੇ ਲੋਕ, ਜਿੰਨੇ ਵੀ ਉਹਨਾਂ ਦੇ ਕਾਬੂ ਹੋਣੇ, ਉਹਨਾਂ ਨੂੰ ਬੰਦੀ ਬਣਾ ਕੇ ਉਹਨਾਂ ਨੇ ਆਪਣੇ ਦੇਸ਼ ਲੈ ਜਾਣਾ। ਤੇ ਜਿਵੇਂ ਪਸ਼ੂਆਂ ਦੀ ਮੰਡੀ ਲੱਗਦੀ ਹੈ, ਜਿਵੇਂ ਸਬਜ਼ੀਆਂ ਦੀ ਮੰਡੀ ਲੱਗਦੀ, ਬਾਕੀ ਚੀਜ਼ਾਂ ਦੀ ਮੰਡੀ ਲੱਗਦੀ, ਇਵੇਂ ਬੰਦਿਆਂ ਦੀ, ਮਨੁੱਖਾਂ ਦੀ ਮੰਡੀ ਲੱਗਦੀ। ਜਿਹੜਾ ਦਾਮ ਵਧਾ ਦਿੰਦਾ ਉਹ ਖਰੀਦ ਕਰ ਲੈਂਦਾ। ਲੋਕ ਉੱਥੋਂ ਨੌਕਰ ਖਰੀਦਦੇ ਸਨ, ਲੋਕ ਉੱਥੋਂ ਇੱਜ਼ਤਾਂ ਖਰੀਦਦੇ ਸਨ, ਇੱਜ਼ਤਾਂ ਦੀ ਮੰਡੀ ਲੱਗਦੀ, ਬੰਦਿਆਂ ਦੀ ਮੰਡੀ ਲੱਗਦੀ। ਔਰ ਉੱਥੇ ਜਿਹੜਾ ਖਰੀਦਿਆ ਜਾਣ ਵਾਲਾ ਹੈ, ਖਰੀਦਿਆ ਜਾਣ ਵਾਲਾ, ਭਾਰਤ ਦਾ ਇੱਕ ਬਾਦਸ਼ਾਹ ਹੋਇਆ ਬਲਬਨ, ਕਹਿੰਦੇ ਨੇ ਬੜਾ ਕਰੂਪ ਆਦਮੀ ਸੀ, ਤੇ ਗੁਲਾਮਾਂ ਦੀ ਮੰਡੀ ਦੇ ਵਿੱਚ ਵਿਕਣ ਵਾਸਤੇ ਖੜਾ, ਇਹਨੂੰ ਕੋਈ ਖਰੀਦੇ ਨਾ। ਲੋਕ ਚਾਹੁੰਦੇ ਨੇ ਵੀ ਪੈਸਾ ਵੀ ਖਰਚਣਾ ਹੈ ਤੇ ਕੋਈ ਸੋਹਣਾ ਨੌਕਰ ਖਰੀਦ ਲਈਏ, ਕਰੂਪ ਜਿਹਾ ਬੇਢੰਗਾ ਜਿਹਾ ਨੌਕਰ ਕਾਹਤੋਂ ਖਰੀਦਣਾ, ਇਹਨੂੰ ਖਰੀਦੇ ਇਹਦੇ ਕੋਲ ਆਉਣ ਅੱਗੇ ਲੰਘ ਜਾਣ। ਇਹਦੇ ਮਨ ਨੇ ਹੌਕਾ ਭਰਿਆ ਵੀ ਕਮਾਲ ਦੀ ਗੱਲ, ਪਸ਼ੂ ਵਿਕ ਗਏ, ਪੰਛੀ ਵਿਕ ਗਏ, ਬਾਕੀ ਚੀਜ਼ਾਂ ਵਿਕ ਰਹੀਆਂ ਨੇ, ਇੱਕ ਬੰਦੇ ਆ ਤੇਰਾ ਹੀ ਮੁੱਲ ਇਸ ਮੰਡੀ ਦੇ ਵਿੱਚ ਨਹੀਂ ਹੈ। ਕੁਤਬਦੀਨ ਹੈ ਉਹ ਕੁਦਰਤੀ ਗੁਜ਼ਰਿਆ, ਉਹਨੂੰ ਉਹਨੇ ਆਖਿਆ, ਜਦੋਂ ਉਹ ਅੱਗੋਂ ਲੰਘਣ ਲੱਗਾ ਨਾ, ਉਹਨੂੰ ਉਹਨੇ ਆਖਿਆ, ਕਹਿਣ ਲੱਗਿਆ ਅੱਲਾ ਦਾ ਵਾਸਤਾ, ਜੇ ਤੇਰਾ ਮਨ ਨਹੀਂ ਵੀ ਕਰਦਾ ਨਾ ਤਾਂ ਵੀ ਮੈਨੂੰ ਖਰੀਦ ਲੈ, ਇੰਨੀ ਤਾਂ ਬੇਕਦਰੀ ਪਸ਼ੂ ਦੀ ਵੀ ਨਹੀਂ ਹੋਈ ਇਸ ਮੰਡੀ 'ਚ ਜਿੰਨੀ ਮੇਰੀ ਹੋ ਰਹੀ ਹੈ। ਪਸ਼ੂ ਦੀਆਂ ਮੰਡੀਆਂ 'ਚ ਵਿਕਣ ਵਾਸਤੇ ਖੜਾ ਬੰਦਾ, ਉਹਨੂੰ ਕੋਈ ਖਰੀਦਣ ਵਾਸਤੇ ਤਿਆਰ, ਉਹਨੂੰ ਖਰੀਦ ਲਿਆ। ਇੱਕ ਦਿਨ ਉਹਨੇ ਬੜੀਆਂ ਵੱਡੀਆਂ ਵੱਡੀਆਂ ਮੁਹਿੰਮਾਂ ਜਿੱਤੀਆਂ ਤੇ ਭਾਰਤ ਦੇ ਅੰਦਰ ਉਸਨੇ ਅਫਗਾਨੀ ਰਾਜ ਜਿਹੜਾ ਸੀ ਕਾਇਮ ਕਰ ਵਿਖਾਇਆ। ਕਿੰਨਾ ਸਮਾਂ ਉਹਨੇ ਦਿੱਲੀ ਦੇ ਤਖ਼ਤ ਦੀ ਸੰਭਾਲ ਕੀਤੀ। ਕਈ ਵਾਰ ਲੋਕ ਚਿਹਰਿਆਂ ਨੂੰ ਵੇਖ ਕੇ ਪਰਖਣ ਦੀ ਕੋਸ਼ਿਸ਼ ਕਰਦੇ ਨੇ ਕਿ ਚਿਹਰਾ ਹੀ ਸਾਰਾ ਕੁਝ ਹੁੰਦਾ, ਨਹੀਂ, ਮਨੁੱਖ ਦਾ ਕਰਮ, ਮਨੁੱਖ ਦੀ ਹਿੰਮਤ, ਉਹਦੇ ਗੁਣ, ਉਹਦੇ ਔਗਣ ਅਸਲ ਚਿਹਰਿਆਂ ਦੇ ਪਿੱਛੇ ਲੁਕੇ ਹੁੰਦੇ, ਚਿਹਰਾ ਸਾਰਾ ਕੁਝ ਨਹੀਂ ਹੁੰਦਾ। ਇਸ ਕਰਕੇ ਲੋਕ ਜਦੋਂ ਚਿਹਰਿਆਂ ਤੇ ਹੀ ਭਰੋਸਾ ਕਰ ਲੈਂਦੇ ਨੇ, ਮਾਰ ਖਾ ਜਾਂਦੇ ਨੇ ਦੁਨੀਆਂ ਦੇ, ਠੱਗੀ ਤਾਂ ਹੀ ਵੱਜਦੀ ਹੈ ਨਾ, ਜਦੋਂ ਕਿਸੇ ਦੀ ਬੋਲ, ਕਿਸੇ ਦੀ ਬਾਣੀ ਦੇ ਉੱਤੇ, ਕਿਸੇ ਦੇ ਸ਼ਬਦ ਉੱਤੇ, ਕਿਸੇ ਦੇ ਲਫ਼ਜ਼ ਉੱਤੇ, ਕਿਸੇ ਦੀ ਕਈ ਗੱਲ ਉੱਤੇ ਹੀ ਭਰੋਸਾ ਕਰ ਲਿਆ, ਉਹਦੇ ਕਰਮਾਂ ਨੂੰ ਪਰਖਿਆ ਨਾ, ਉਹਦੇ ਗੁਣਾ ਔਗਣਾ ਦੀ ਵਿਚਾਰ ਨਾ ਕੀਤੀ, ਧੋਖਾ ਖਾ ਲਿਆ, ਠੱਗੀ ਹੋ ਗਈ, ਚਿਹਰੇ ਤੱਕ ਬੰਦਾ ਸੀਮਤ ਰਹਿ ਗਿਆ। ਕਈ ਵਾਰ ਜਿਨ੍ਹਾਂ ਨੇ ਠੱਗੀ ਮਾਰਨੀ ਹੁੰਦੀ ਨਾ, ਉਹ ਮਖੌਟਾ ਚੜਾਉਂਦੇ ਨੇ ਤਾਂ ਕਿ ਸਾਡੀ
ਬੇਈਮਾਨੀ ਦੀ ਕਿਸੇ ਨੂੰ ਸਮਝ ਨਾ ਸਕੇ। ਦੁਨੀਆਂ ਤਾਂ ਹੈ ਹੀ ਅਸੀਂ ਇਸੇ ਨੂੰ ਆਖਿਆ। ਫਰੀਦ ਸਾਹਿਬ ਨੇ ਆਪਣੀ ਬਾਣੀ ਦੇ ਅੰਦਰ ਫਰੀਦਾ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੇਸ ਤੂੰ ਨਹੀਂ ਭਰਿਆ ਮੈਂ ਫਿਰਾ ਲੋਕ ਕਹੇ ਦਰਵੇਸ਼। ਇਹ ਉਦਾਹਰਣ ਦਿੱਤੀ ਹੈ, ਇਹ ਸਮਝਾਏ। ਸੂਫੀ ਫਕੀਰ ਕਾਲੇ ਕੱਪੜੇ ਪਹਿਨਿਆ ਕਰਦੇ ਸਨ, ਜਿਹੜੇ ਰੰਭਲੇ ਬੜੇ ਕਮਾਈ ਵਾਲੇ ਧਰਮੀ ਯੋਧੇ ਸਨ, ਮਨਸੂਰ ਵਰਗੇ ਜਿਹੜੇ ਸੂਲੀ ਚੜ੍ਹ ਗਏ ਧਰਮ ਦੀ ਖਾਤਰ, ਸਚਾਈ ਦੀ ਖਾਤਰ। ਉਹਨਾਂ ਦਾ ਮਾਣ ਸਤਿਕਾਰ ਵੱਧ ਗਿਆ ਲੋਕਾਂ ਦੇ ਅੰਦਰ ਵੀ ਸੂਫੀ ਫਕੀਰ ਸੱਚ ਨੂੰ ਪਹੁੰਚੇ ਹੋਏ, ਉਦੋਂ ਗਿਣਤੀ ਦੇ ਉਂਗਲਾਂ ਦੇ ਗਿਣੇ ਜਾਣ ਵਾਲੇ ਸਨ। ਤੇ ਬਾਅਦ ਵਿੱਚ ਮੇਰੇ ਵਰਗਿਆਂ ਨੇ ਵੇਖਿਆ ਵੀ ਸੂਫੀ ਫਕੀਰਾਂ ਦਾ ਘਰ ਘਰ ਅੰਦਰ ਸਤਿਕਾਰ ਹੁੰਦਾ, ਉਹਨਾਂ ਵਰਗਾ ਪਹਿਰਾਵਾ ਪਾ ਲਿਆ, ਉਹੋ ਜਿਹੇ ਕੱਪੜੇ ਪਾ ਲਏ ਜੇ ਉਹ ਜੋ ਸੂਫੀ ਪਹਿਨਦੇ ਸਨ। ਵੀ ਮੁਫਤ ਵਿੱਚ ਜੇ ਮਾਣ ਮਿਲਦਾ ਤੇ ਕੀ ਮਾੜਾ। ਉਹਨਾਂ ਦਾ ਮਾਣ ਬੜਿਆ ਸੀ ਉਹਨਾਂ ਦੇ ਕਰਮਾਂ ਕਰਕੇ, ਦੂਸਰਿਆਂ ਨੇ ਮੇਰੇ ਵਰਗਿਆਂ ਨੇ ਉਹੋ ਜਿਹਾ ਪਹਿਰਾਵਾ ਪਾ ਲਿਆ ਤਾਂ ਕਿ ਇਹੋ ਜਿਹਾ ਮਾਣ ਸਾਨੂੰ ਵੀ ਮਿਲ ਜਾਏ। ਜੀਵਨ 'ਚ ਖੜੋਤ ਹੈ, ਔਗਣ ਨੇ, ਪਾਪ ਨੇ, ਕੋਈ ਕਮਾਈ ਦੀ ਬਾਤ ਨਹੀਂ, ਕੋਈ ਧਰਮ ਨਹੀਂ, ਕੋਈ ਗੁਣ ਨਹੀਂ, ਫਿਰ ਵੀ ਕਰਮ ਚੰਗੇ ਨਹੀਂ, ਪਰ ਪਹਿਰਾਵਾ ਉਹ ਪਾ ਲਿਆ ਵੀ ਚਲੋ ਜੇ ਮਾਣ ਮਿਲਦਾ ਤੇ ਕੀ ਮਾੜਾ, ਫਕੀਰ ਬਣ ਗਿਆ। ਤਾਂ ਹੀ ਉਹ ਬਾਣੀ ਦੇ ਵਿੱਚ ਮਹਾਰਾਜ ਨੇ ਕਿਹਾ ਦਰਵੇਸ਼ੀ ਕੋ ਜਾਣ ਸੀ ਵਿਰਲਾ ਕੋ ਦਰਵੇਸ਼, ਜੇ ਘਰ ਘਰ ਹੰਡਾ ਮੰਗਦਾ ਧਿਗ ਜੀਵਨ ਧਿਗ ਵੇਸ। ਕਹਿਣ ਲੱਗੇ ਦਰਵੇਸ਼ੀ ਕੋਈ ਵਿਰਲਾ ਜਾਣਦਾ, ਜਿਹੜਾ ਅਸਲ ਅਰਥਾਂ ਚ ਦਰਵੇਸ਼ ਹੈ। ਵੀ ਦਰਵੇਸ਼ੀ ਕਿਹਨੂੰ ਕਹਿੰਦੇ ਨੇ? ਲੋਕਾਂ ਤੇ ਮੱਗ ਖਾਣ ਨੂੰ ਦਰਵੇਸ਼ ਪੁਣਾ ਸਮਝ ਲਿਆ, ਲੋਕਾਂ ਦਾ ਪੂਜਾ ਕਰਾਉਣ ਨੂੰ ਦਰਵੇਸ਼ ਪੁਣਾ ਸਮਝ ਲਿਆ, ਵੀ ਇਹੀ ਫਕੀਰੀ ਹੈ, ਇਹੀ ਰੱਬੀ ਬਾਤ ਹੈ। ਲੋਕਾਂ ਦਾ ਵਿਖਾਵੇ ਕਰਨ ਨੂੰ ਰੱਬੀ ਰਾਹ ਸਮਝ ਲਿਆ, ਵਿਖਾਵਾ ਰੱਬੀ ਰਾਹ ਨਹੀਂ ਹੈ। ਦਰਵੇਸ਼ੀ ਕੋ ਜਾਣ ਸੀ ਵਿਰਲਾ ਕੋ ਦਰਵੇਸ਼, ਜੇ ਘਰ ਘਰ ਹੰਡਾ ਮੰਗਦਾ ਧਿਗ ਜੀਵਨ ਧਿਗ ਵੇਸ, ਜਿਹੜਾ ਘਰ ਘਰ ਮੰਗਦਾ ਕੋਈ ਮਾਣ ਮੰਗ ਰਿਹਾ ਦੁਨੀਆ ਕੋਲੋਂ, ਕੋਈ ਸਤਿਕਾਰ ਮੰਗ ਰਿਹਾ, ਜਿਹਦਾ ਥੋੜਾ ਸਟੇਟਸ ਡਾਊਨ ਰੋਟੀ ਵੀ ਮੰਗ ਕੇ ਖਾਂਦਾ, ਜਿਹਨੂੰ ਰੋਟੀ ਮਿਲ ਰਹੀ ਹੈ ਉਹ ਮਾਣ ਸਤਿਕਾਰ ਭਾਲ ਰਹੇ, ਉਹ ਚਾਹੁੰਦਾ ਲੋਕ ਮੇਰੇ ਨਾਲ ਜੁੜ, ਮੇਰੇ ਕਦਮਾਂ ਤੇ ਮੱਥੇ ਟੇਕਣ, ਮੇਰਾ ਆਦਰ ਆਦਰ ਹੋਵੇ, ਮੇਰਾ ਸਤਿਕਾਰ ਹੋਵੇ, ਕਿ ਮੰਗੀ ਹੈ ਅੰਦਰ ਤ੍ਰਿਸ਼ਨਾ। ਬਹੁਤ ਛਾਦਨ ਭੋਜਨ ਕੀ ਆਸਾ, ਤ੍ਰਿਸ਼ਨਾ ਤੇ ਹੈ ਨਾ, ਭਾਵੇਂ ਮਾਣ ਦੀ ਹੋਵੇ ਭਾਵੇਂ ਸਤਿਕਾਰ ਦੀ ਹੋਵੇ, ਦੁਨੀਆ ਮੇਰੀ ਵਾਹ ਵਾਹ ਕਰੇ, ਇਹ ਇੱਛਾ ਵੀ ਮਨ ਅੰਦਰ ਹੈ, ਇਹ ਵੀ ਭੁੱਖੀ ਹੈ, ਇਹ ਵੀ ਲਾਲਸਾ ਹੀ ਹੈ। ਗੁਰੂ ਨੇ ਤਾਂ ਇੱਥੋਂ ਤੱਕ ਆਖਿਆ ਬੰਦਾ ਮੁਕਤੀ ਮੰਗਦਾ ਹੈ, ਸਵਰਗ ਮੰਗਦਾ, ਇਹ ਵੀ ਤ੍ਰਿਸ਼ਨਾ ਹੀ ਹੈ, ਇਹ ਵੀ ਲਾਲਸਾ। ਕੁਝ ਤਾਂ ਹੈ ਨਾ ਮਨ ਦੇ ਅੰਦਰ, ਦੁਨਿਆਵੀ ਬੰਦਾ ਪਦਾਰਥ ਮੰਗਦਾ, ਪਰਮਾਰਥ ਦੇ ਰਾਹ ਤੇ ਚੱਲਣ ਵਾਲਾ, ਧਰਮ ਕਰਮ ਕਰਨ ਵਾਲਾ ਮੁਕਤੀ ਮੰਗਦਾ, ਸਵਰਗ ਮੰਗਦਾ, ਲਾਲਚ ਤੋਂ ਕਿਹੜਾ ਮੁਕਤ ਹੈ ਜੀ? ਇੱਥੇ ਲੋਭ ਕਿਹਦੇ ਅੰਦਰ ਨਹੀਂ, ਲੋਭ ਦੇ ਵੱਸ ਕਰਮ ਹੋ ਰਿਹਾ। ਤਾਂ ਹੀ ਗੁਰੂ ਨੇ ਆਖਿਆ ਨਿਰਵਾਣ ਕੀਰਤਨ ਗਾਓ ਕਰਤੇ ਕਰ ਨਿਮਖ ਸਿਮਰਤ ਜਿੱਤ ਛੁੱਟੈ। ਨਿਰਵਾਣ ਦਾ ਮਤਲਬ ਹੈ ਵੀ ਇਹ ਵੀ ਵਾਸ਼ਨਾ ਨਾ ਮਨ ਚ ਰਹਿ ਜਾਵੇ ਵੀ ਮੁਕਤੀ ਚਾਹੀਦੀ ਹੈ, ਸਵਰਗ ਚਾਹੀਦਾ, ਇਹ ਵੀ ਬਿਰਸ ਜਾਵੇ। ਇੰਨਾ ਸਾਫ਼ ਸੁਥਰਾ ਹਿਰਦਾ ਦਰਵੇਸ਼ ਦਾ, ਇੰਨਾ ਉੱਚਾ ਜੀਵਨ ਲੈ ਰੱਬ ਦੇ ਰਾਹ ਤੇ ਚੱਲਣ ਵਾਲੇ ਗੁਣੀ ਨਿਧਾਨ ਪ੍ਰਮਾਤਮਾ ਦੇ ਗੁਣਾਂ ਨੂੰ ਜੀਵਨ ਵਿੱਚ ਧਾਰਨ ਕਰਨ ਵਾਲੇ ਦਾ, ਵੀ ਇਹ ਵੀ ਲਾਲਸਾ ਨਹੀਂ ਜੀਵਨ ਅੰਦਰ ਵੀ ਮੁਕਤੀ ਮਿਲ ਜਾਏ ਜਾਂ ਸਵਰਗ ਮਿਲ ਜਾਏ। ਮੁਕਤ ਬੱਪੜੀ ਭੀ ਗਿਆਨੀ ਤਿਆਗੈ, ਇਹ ਵੀ ਛੱਡ ਦਿੱਤੀ ਹੈ, ਇਹਨਾਂ ਲਾਲਸਾ ਤੋਂ ਉੱਪਰ ਜੀਵਨ ਉੱਠ ਖਲੋਤਾ ਹੈ। ਸਤਿਗੁਰੂ ਦੇ ਪਿਆਰ ਵਾਲੇ ਫਰੀਦ ਸਾਹਿਬ ਨੇ ਤਾਂ ਹੀ ਉਹ ਆਖਿਆ, ਉਹ ਵੇਖ ਰਹੇ ਸਨ ਵੀ ਫਕੀਰਾਂ ਵਾਲਾ ਪਹਿਰਾਵਾ ਤਾਂ ਹੁਣ ਹਰ ਆਦਮੀ ਪਾਈ ਬੈਠਾ, ਇਸ ਕਰਕੇ ਉਹਨਾਂ ਨੇ ਸ਼ਬਦ ਵਰਤੇ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੇਸ, ਗੁਣ ਹੀ ਭਰਿਆ ਮੈਂ ਫਿਰਾਂ ਲੋਕ ਕਹੇ ਦਰਵੇਸ਼, ਕਿ ਮੇਰਾ ਕਾਲਾ ਵੇਸ ਕਾਲੇ ਕੱਪੜੇ ਨੇ ਪਰ ਗੁਨਾਹਾਂ ਨਾਲ ਅੰਦਰੋਂ ਭਰਿਆ ਹੋਇਆ। ਧਾਰਮਿਕ ਪੁਰਖਾਂ ਦੀ ਇਹ ਅਨੋਖੀ ਬਾਤ ਹੈ, ਕਈ ਵਾਰ ਕਰੜੀ ਤੋਂ ਕਰੜੀ ਬਾਤ ਸਮਾਜ ਨੂੰ ਸੇਧ ਦੇਣ ਵਾਲੀ ਜਿਹੜੀ ਹੈ ਨਾ, ਆਪਣੇ ਆਪ ਉੱਤੇ ਟੁਕਾ ਕੇ ਕਹਿੰਦੇ ਨੇ।
ਤੁਸੀਂ ਬਾਣੀ ਨੂੰ ਪੜੋ, ਹਮ ਮੈਲੇ ਤੁਮ ਉਜਲ ਕਰਦੇ, ਹਮ ਨਿਰਗੁਣ ਤੂੰ ਦਾਤਾ। ਕਿ ਇਹ ਸ਼ਬਦ ਕਹਿਣ ਵਾਲਿਆਂ ਦੇ ਜੀਵਨ ਵਿੱਚ ਕੋਈ ਕਮੀ ਹੈ? ਬਿਲਕੁਲ ਨਹੀਂ, ਤਾਂ ਮੁਕੰਮਲ ਜੀਵਨ ਦੇ ਮਾਲਕ ਨੇ। ਫਿਰ ਵੀ ਆਪਣੇ ਆਪ ਨੂੰ ਕਹਿ ਰਹੇ ਹਮ ਮੈਲੇ, ਜਿੱਥੋਂ ਤੱਕ ਹੋ ਸਕਿਆ ਆਪਣੇ ਆਪ ਨੂੰ ਸੰਬੋਧਨ ਕੀਤਾ, ਸਭ ਅਵਗੁਣ ਮੈਂ ਗੁਣ ਨਹੀਂ ਕੋਈ, ਕਿਉਂ ਕਰ ਕੰਤ ਮਿਲਾਵਾ ਹੋਈ। ਜਿੱਥੋਂ ਤੱਕ ਹੋ ਸਕਿਆ ਆਪਣੇ ਆਪ ਦੇ ਉੱਤੇ ਗੱਲ ਟੁਕਾ ਕੇ ਸੁਣਾਈ ਸੰਸਾਰ ਦੇ ਲੋਕਾਂ ਨੂੰ, ਤਾਂ ਕਿ ਜਦੋਂ ਇਹ ਗੱਲ ਜਿਹੜਾ ਵੀ ਪੜ੍ਹੇ ਨਾ ਉਹ ਆਪਣੇ ਆਪ ਤੇ ਮਹਿਸੂਸ ਕਰੇ ਗੱਲ। ਦੂਜੇ ਨੂੰ ਲਾਂਭੇ ਬੰਦਾ ਦੇ ਲੈਂਦਾ, ਉਹ ਸੌਖੀ ਬਾਤ ਹੈ। ਆਪਣੇ ਅੰਦਰ ਦੀ ਮੈਲ ਲੱਭਣੀ ਸਭ ਤੋਂ ਔਖੀ ਗੱਲ ਹੈ। ਧਰਮ ਹੈ ਹੀ ਆਪਣੇ ਆਪ ਨੂੰ ਖੋਜਣ ਦਾ, ਆਪਣੇ ਆਪ ਨੂੰ ਜਾਣਨ ਦਾ ਵਿਸ਼ਾ, ਇਸ ਵਿਚਾਰ ਵਿੱਚ ਪੈਣਾ। ਸਤਿਗੁਰੂ ਦੇ ਪਿਆਰ ਵਾਲਿਓ, ਇਸ ਕਰਕੇ ਫਰੀਦ ਸਾਹਿਬ ਨੇ ਵੇਖਿਆ ਵੀ ਬਾਹਰ ਤਾਂ ਬੜੇ ਲੋਕ ਨੇ, ਜਿਹੜਾ ਹਰ ਬੰਦਾ ਮਨਸੂਰ ਹੋਣ ਦਾ ਦਾਅਵਾ ਕਰਨ ਲੱਗ ਪਿਆ, ਹਰ ਬੰਦਾ ਫਕੀਰ ਹੋਣ ਦਾ ਦਾਅਵਾ ਕਰਨ ਲੱਗ ਪਿਆ ਕੇਵਲ ਵਸਤਰ ਪਾ ਕੇ। ਪਰ ਉਹਨਾਂ ਨੇ ਗੱਲ ਆਪਣੇ ਤੇ ਟੁਕਾ ਕੇ ਆਖੀ, ਕਹਿਣ ਲੱਗੇ ਕਾਲੇ ਮੈਂਡੇ ਮੇਰੇ, ਮੈਂਡੇ ਦਾ ਮਤਲਬ ਮੇਰੇ, ਕਾਲੇ ਮੈਂਡੇ ਕੱਪੜੇ, ਕਾਲਾ ਮੈਂਡਾ ਵੇਸ਼, ਗੁਣ ਹੀ ਭਰਿਆ ਮੈਂ ਕਿਰਾਂ ਲੋਕ ਕਹਿ ਦਰਵੇਸ਼, ਅੰਦਰੋਂ ਮੈਂ ਗੁਨਾਹਾਂ ਨਾਲ ਭਰਿਆ ਲੋਕ ਮੈਨੂੰ ਦਰਵੇਸ਼ ਆਖਦੇ ਨੇ। ਰੱਬ ਦਾ ਬੰਦਾ ਦਰਵੇਸ਼ ਹੁੰਦਾ ਜਿਹਨੇ ਰੱਬ ਦਾ ਦਰ ਘੁੱਟ ਕੇ ਫੜਿਆ, ਜਿਹੜਾ ਰੱਬ ਦਾ ਦਰ ਛੱਡਣ ਲਈ ਰਾਜ਼ੀ ਨਹੀਂ, ਜਿਹੜਾ ਰੱਬ ਦੇ ਦਰ ਤੋਂ ਖੁੰਝਣਾ ਨਹੀਂ ਚਾਹੁੰਦਾ। ਔਰ ਫਰੀਦ ਸਾਹਿਬ ਨੇ ਆਪ ਬਾਣੀ ਦੇ ਵਿੱਚ ਆਖਿਆ ਹੈ ਵੀ ਮੈਨੂੰ ਪਰਾਏ ਬਾਹਰ ਨਾ ਬੈਸਣ ਦੇਈ, ਜੇ ਐਸਾ ਸਮਾਂ ਮੇਰੇ ਜੀਵਨ ਵਿੱਚ ਕਿਧਰੇ ਹੈ ਤੂੰ ਜਾਣਦਾ, ਤਾਂ ਮੇਰੀ ਅਰਜੋਈ ਹੈ ਮੇਰੀ ਉਮਰ ਘਟਾ ਦੇਈ, ਮੇਰਾ ਜੀਵਨ ਉਦੋਂ ਪਹਿਲਾਂ ਖਤਮ ਹੋ ਜਾਏ ਪਰ ਪਰਾਏ ਦਰਵਾਜ਼ੇ ਦੇ ਉੱਤੇ ਬਹਿਣਾ, ਇਹ ਬਾਦਰੂਮਾ ਦਾਗ ਮੇਰੇ ਦਮਨ ਉੱਤੇ ਨਾ ਲੱਗੇ। ਫਰੀਦਾ ਬਾਰ ਪਰਾਇਆ ਬੈਸਣਾ ਸਾਈਂ ਮੁਝੇ ਨਾ ਦੇ, ਜੇ ਤੂੰ ਐਵੇਂ ਰੱਖ ਸੀ, ਜੇ ਕਿਤੇ ਮੇਰੇ ਜੀਵਨ 'ਚ ਔਖੀ ਘੜੀ ਆਉਣੀ ਹੈ ਕਿ ਮੈਨੂੰ ਪਰਾਏ ਬਾਰ ਲੰਘਣਾ ਪੈਣਾ, ਤਾਂ ਮੈਂ ਚਾਹੁੰਦਾ ਵੀ ਉਹ ਘੜੀਆਂ ਨਾ ਲਿਆਏ, ਮੈਨੂੰ ਜੀਵਨ ਥੋੜਾ ਮਨਜ਼ੂਰ ਹੈ ਪਰ ਦਰ ਦਰ ਤੇ ਭਟਕਣਾ ਮਨਜ਼ੂਰ ਨਹੀਂ, ਜੀਵਨ ਥੋੜਾ ਮਨਜ਼ੂਰ ਹੈ, ਮੈਂ ਥੋੜਾ ਜੀਵਨ ਜੀ ਲਵਾਂਗਾ। ਆਖਦੇ ਨੇ ਜੇ ਤੂੰ ਐਵੇਂ ਰੱਖ ਸੀ ਤਾਂ ਜੀਓ ਸਰੀਰੋਂ ਲੈ, ਤੂੰ ਜਿੰਦ ਨੂੰ ਸਰੀਰ ਚੋਂ ਕੱਢ ਲੈ, ਇਹ ਮੈਨੂੰ ਕਬੂਲ ਹੈ, ਇਹ ਮੈਨੂੰ ਮਨਜ਼ੂਰ ਹੈ। ਕਬੀਰ ਸਾਹਿਬ ਨੇ ਆਖਿਆ ਕਰਵੱਤ ਭਲਾ ਨਾ ਕਰਵਟ ਤੇਰੀ, ਮੈਨੂੰ ਆਰੇ ਨਾਲ ਚੀਰੇ ਜਾਣਾ ਮਨਜ਼ੂਰ ਹੈ ਪਰ ਤੇਰੇ ਵੱਲ ਪਿੱਠ ਕਰਨੀ ਮਨਜ਼ੂਰ ਨਹੀਂ। ਕਰਵੱਤ ਆਰੇ ਨੂੰ ਕਹਿੰਦੇ ਨੇ, ਕਰਵੱਤ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਣ ਬਿਨਤੀ ਮੇਰੀ, ਹਉ ਵਾਰੀ ਮੁੱਖ ਫੇਰ ਪਿਆਰੇ, ਕਰਵਟ ਦੇ ਮੌਕਾ ਕਾਹੇ ਕੋ ਮਾਰੇ। ਕਹਿੰਦੇ ਮੈਂ ਤਾਂ ਮਰਨਾ ਉਦੋਂ, ਆਰੇ ਨਾਲ ਥੋੜੀ ਮਰਨਾ, ਮਰਨਾ ਮੈਂ ਉਦੋਂ ਜਦੋਂ ਤੇਰੇ ਵੱਲ ਪਿੱਠ ਹੋ ਗਏ, ਤੇਰੇ ਦਰ ਤੋਂ ਖੁੰਝ ਗਏ ਉਦੋਂ ਮਰਨਾ, ਇਹ ਮੌਤ ਮੈਂ ਨਹੀਂ ਮਰਨਾ ਚਾਹੁੰਦਾ। ਵੈਸੇ ਮੈਂ ਇੱਕ ਬੇਨਤੀ ਕਰਾਂ, ਅਸੀਂ ਲੋਕ ਡਰਦੇ ਹਾਂ ਸਰੀਰ ਦੀ ਮੌਤ ਤੋਂ, ਸਾਨੂੰ ਖਦਸ਼ਾ ਹੈ ਕਿਤੇ ਕੋਈ ਐਸੀ ਦੁਰਘਟਨਾ ਨਾ ਵਾਪਰੇ ਵੀ ਸਾਨੂੰ ਕਿਤੇ ਮਰਨਾ ਪੈ ਜਾਵੇ, ਇਸ ਕਰਕੇ ਅਸੀਂ ਲੰਮੀ ਉਮਰ ਦੀਆਂ ਅਰਦਾਸਾਂ ਕਰਦੇ ਹੀ ਰਹਿੰਦੇ ਹਾਂ। ਇੱਛਾ ਹੁੰਦੀ ਪੋਤਰੇ ਵੀ ਵਿਆਹੇ ਜਾਣ, ਤਾਂ ਵੀ ਹੁੰਦਾ ਵੀ ਪੜਪੋਤਰਿਆਂ ਦਾ ਮੂੰਹ ਵੇਖੀਏ, ਪੜਪੋਤੇ ਵੀ ਵਿਆਹੇ ਜਾਣ ਤਾਂ ਉਹਨਾਂ ਦੇ ਵੀ ਬੱਚਿਆਂ ਦਾ ਮੂੰਹ ਵੇਖੀਏ। ਸਾਡੀ ਇਹ ਦਾਸਤਾਨ ਹੈ, ਅਸੀਂ ਚਾਹੁੰਦੇ ਹਾਂ ਵੀ ਸਾਡੀ ਵੰਸ਼ ਤੇ ਵਧੇ ਪਰ ਸਾਨੂੰ ਧਰਤੀ ਤੋਂ ਨਾ ਜਾਣਾ ਪਵੇ, ਅਸੀਂ ਇਸੇ ਤਰ੍ਹਾਂ ਦੀ ਵੰਸ਼ ਵੱਧਦੀ ਜਾਏ। ਪਰ ਖਿਆਲ ਕਰਨਾ ਇੱਕ ਨੁਕਤਾ ਹੈ ਸਮਝਣ ਵਾਸਤੇ, ਕੁਦਰਤ ਨੇ ਇੱਕ ਨਿਯਮ ਬਣਾਇਆ, ਜੀਵ ਆ ਰਹੇ ਨੇ ਜਾ ਰਹੇ ਨੇ, ਬਾਕੀਆਂ ਲਈ ਅਸੀਂ ਧਰਤੀ ਖਾਲੀ ਕਰਕੇ ਜਾਣੀ ਹੈ, ਜਗ੍ਹਾ ਛੱਡ ਕੇ ਜਾਣੀ ਹੈ। ਵੀ ਇੱਕ ਮੁਸਾਫਰ ਨੇ ਆਪਣੀ ਸੀਟ ਤੋਂ ਉੱਠਣਾ, ਅਗਲੇ ਸਟੇਸ਼ਨ ਤੇ ਉੱਤਰ ਜਾਣਾ, ਅਗਲੇ ਤੋਂ ਚੜ੍ਹਨ ਵਾਲੇ ਨੇ ਉਸ ਸੀਟ ਦੇ ਉੱਤੇ ਬੈਠਣਾ, ਜੇ ਪਹਿਲੇ ਮੁਸਾਫਰ ਸੀਟਾਂ ਨਾ ਛੱਡਣ ਤੇ ਨਵੇਂ ਕਿੱਥੋਂ ਬਹਿਣ, ਔਖਾ ਹੋ ਜਾਏ ਨਾ ਤਾਂ ਸੰਸਾਰ ਦੇ ਅੰਦਰ ਤੇ ਪੈਰ ਰੱਖਣ ਨੂੰ ਥਾਂ ਨਾ ਮਿਲੇ। ਹਰ ਬੰਦਾ ਚਾਹੁੰਦਾ ਮੈਂ ਮਰਾਂ ਨਾ ਪਰ ਮੇਰੀ ਬਣ ਸਕੇ ਵੱਧਦੀ ਰਹੇ,
ਉਹਨਾਂ ਨੂੰ ਰਹਿਣ ਵਾਸਤੇ ਥਾਂ ਕਿੱਥੇ ਮਿਲੇਗੀ? ਉਹਨਾਂ ਨੂੰ ਖਾਣ ਪੀਣ ਹੰਡਾਉਣ ਦੀਆਂ ਵਸਤੂਆਂ ਵੀ ਤਾਂ ਇਸ ਸੰਸਾਰ ਚੋਂ ਮਿਲਦੀਆਂ। ਕੁਦਰਤ ਨੇ ਨੇਮ ਬਣਾਇਆ। ਹਜ਼ੂਰ ਨੇ ਬਾਣੀ ਚ ਆਖਿਆ, ਆਵਾ ਗੌਣ ਰਚਾਏ ਉਪਾਈ ਮੇਦਨੀ। ਆਵਾ ਗੌਣ ਦਾ ਚੱਕਰ ਬਣਾਇਆ, ਜੀਵ ਆ ਰਹੇ ਨੇ ਜਾ ਰਹੇ ਨੇ, ਇਵੇਂ ਇਹ ਸੰਸਾਰ ਦਾ ਇੱਕ ਸਿਸਟਮ ਚੱਲ ਰਿਹਾ। ਸੰਜੋਗ ਵਿਜੋਗ ਤੋਂ ਇਕਾਰ ਚਲਾਵੈ ਲਿਖ ਹੈ ਆਵੇ ਭਾਗ। ਸੰਜੋਗ ਜੋੜ ਮੇਲ ਤਾਲ ਤਾਲ ਮੇਲ ਬਣਾਇਆ, ਵਿਜੋਗ ਵਿਛੋੜਾ ਬਣਾਇਆ। ਜੀਵਨ ਮਿਲ ਗਿਆ, ਮਰਨ ਆ ਗਿਆ, ਇਸ ਤਰ੍ਹਾਂ ਜੀਵਨ ਦਾ ਚੱਕਰ ਚੱਲ। ਅਸੀਂ ਮਰਨਾ ਨਹੀਂ ਚਾਹੁੰਦੇ। ਇੱਕ ਖਦਸ਼ਾ ਧਰਮੀ ਬੰਦੇ ਨੂੰ ਵੀ ਹੁੰਦਾ ਹੈ, ਇੱਕ ਮੌਤ ਉਹ ਵੀ ਨਹੀਂ ਮਰਨਾ ਚਾਹੁੰਦਾ, ਪਰ ਫਰਕ ਕੇਵਲ ਇਹ ਵੀ ਅਸੀਂ ਸਰੀਰ ਦੀ ਮੌਤ ਨਹੀਂ ਮਰਨਾ ਚਾਹੁੰਦੇ, ਉਹ ਆਤਮਕ ਮੌਤ ਨਹੀਂ ਮਰਨਾ ਚਾਹੁੰਦਾ। ਫਰਕ ਇਹ, ਉਹ ਸਰੀਰ ਦੀ ਮੌਤ ਨੂੰ ਕਬੂਲ ਕਰ ਲੈਂਦਾ, ਪਰ ਆਤਮਕ ਮੌਤ ਮਰਨਾ ਉਸਨੂੰ ਕਬੂਲ ਨਹੀਂ। ਇਹਦੇ ਵਾਸਤੇ ਉਹ ਜੀ ਤੋੜ ਘਾਲਣਾ ਘਾਲਦਾ। ਆਪ ਬਚਨ ਪੜ੍ਹਦੇ ਹੋ ਗੁਰੂ ਨਾਨਕ ਮਹਾਰਾਜ ਦੇ, ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਉ। ਮਰਨਾ ਵਿਸਰਣਾ ਗੋਬਿੰਦ ਹੈ, ਜੀਵਨਾ ਹਰ ਨਾਮ ਧਿਆਵਣ। ਕਿਉਂ ਇੰਨੀਆਂ ਜੋਦੜੀਆਂ, ਇੰਨੀਆਂ ਬੇਨਤੀਆਂ ਆਪਣੀ ਬਾਣੀ ਦੇ ਅੰਦਰ ਭਗਤ ਸਾਹਿਬਾਨ, ਗੁਰੂ ਸਾਹਿਬਾਨ, ਅਕਾਲ ਪੁਰਖ, ਵਾਹਿਗੁਰੂ ਅੱਗੇ ਕਰਦੇ ਨੇ? ਇਸੇ ਕਰਕੇ ਵੀ ਅਸੀਂ ਆਤਮਕ ਮੌਤ ਨਹੀਂ ਮਰਨਾ ਚਾਹੁੰਦੇ। ਮਤ ਦੇਖ ਭੁੱਲਾਂ ਵਿਸਰਿਆ ਤੇਰਾ ਚੇਤਨਾ ਆਵੇ ਤਾਂ। ਮਤਾ ਮੈਂ ਕਿਸੇ ਐਸੀ ਚੀਜ਼ ਵੱਲ ਦ੍ਰਿਸ਼ਟੀ ਪਾਵਾਂ, ਐਸੀ ਚੀਜ਼ ਨਾਲ ਚਿੱਤ ਜੋੜਾਂ ਕਿ ਤੂੰ ਮੈਨੂੰ ਭੁੱਲ ਜਾ, ਇਹ ਮੈਨੂੰ ਪ੍ਰਵਾਨ ਨਹੀਂ। ਹਉ ਵਾਰੀ ਮੁੱਖ ਫੇਰ ਪਿਆਰੇ, ਕਰਵਟ ਦੇ ਮੌਕਾ ਕਾਹੇ ਕੋ ਮਾਰੇ। ਤੇਰੇ ਨਾਲੋਂ ਵਿਛੋੜਾ ਮੇਰੀ ਮੌਤ ਹੈ, ਮੈਂ ਇਹ ਮੌਤ ਨਹੀਂ ਮਰਨਾ ਚਾਹੁੰਦਾ। ਇਹ ਫਰਕ ਹੈ ਉਹਨਾਂ ਦੇ ਅੰਦਰ ਤੇ ਸਾਡੇ ਅੰਦਰ। ਮਰਨਾ ਉਹ ਵੀ ਨਹੀਂ ਚਾਹੁੰਦੇ, ਮਰਨਾ ਅਸੀਂ ਵੀ ਨਹੀਂ ਚਾਹੁੰਦੇ। ਅਸੀਂ ਕੇਵਲ ਸਰੀਰ ਤੱਕ ਸੀਮਤ ਆ, ਉਹ ਆਤਮਕ ਮੌਤ ਨਹੀਂ ਮਰਨਾ ਚਾਹੁੰਦੇ। ਆਤਮਕ ਜੀਵਨ ਨੂੰ ਕਾਇਮ ਰੱਖਦੇ ਨੇ, ਭਾਵੇਂ ਸਰੀਰਕ ਤੌਰ ਦੇ ਉੱਤੇ ਉਹ ਛੋਟੀ ਅਵਸਥਾ ਹੀ ਹੰਡਾਉਂਦਾ ਸਰੀਰਕ ਰੂਪ ਵਿੱਚ। ਸਤਿਗੁਰੂ ਦੇ ਪਿਆਰ ਵਾਲਿਓ, ਫਰੀਦ ਸਾਹਿਬ ਨੇ ਵੇਖਿਆ ਆਪਣੇ ਆਲੇ ਦੁਆਲੇ ਇਰਦ ਗਿਰਦ, ਆਪਣੇ ਤੇ ਟੁਕਾ ਕੇ ਬਾਤ ਆ ਕਿ ਵੀ ਲੋਕ ਚਿਹਰਿਆਂ ਦੇ ਪਿੱਛੇ ਬੜਾ ਕੁਝ ਛੁਪਾਉਂਦੇ ਨੇ, ਲੋਕ ਪਹਿਰਾਵਿਆਂ ਦੇ ਪਿੱਛੇ ਬੜਾ ਕੁਝ ਛੁਪਾਉਂਦੇ ਨੇ, ਔਰ ਛੁਪਾਉਣ ਦੀ ਲੋੜ ਹੀ ਉੱਥੇ ਪੈਂਦੀ ਹੈ ਜਿੱਥੇ ਬਹੁਤਾ ਖੋਟ ਹੋਵੇ। ਖੋਟ ਨੂੰ ਲੁਕਾਉਣਾ ਪੈਂਦਾ, ਖਰੇ ਨੂੰ ਲੁਕਾਉਣ ਦੀ ਕੀ ਲੋੜ ਹੈ? ਖਰਾ ਤੇ ਹੈ, ਉਹਦੇ ਤੇ ਉਜਰ ਨਹੀਂ ਆਉਣਾ, ਕੋਈ ਵੀ ਪਰਖ ਲਵੇ ਉਹ ਤਾਂ ਓਪਨ ਹੈ ਸਾਰਿਆਂ ਸਾਹਮਣੇ। ਲੁਕਾਉਣਾ ਹੀ ਖੋਟ ਨੂੰ ਪੈਂਦਾ, ਲੁਕਾਉਣਾ ਹੀ ਔਗਣ ਨੂੰ ਪੈਂਦਾ, ਕਿਉਂਕਿ ਡਰ ਹੁੰਦਾ ਹੈ ਮਨ ਦੇ ਅੰਦਰ। ਇੱਕ ਅਦੀਬ ਨੇ ਬਾਤ ਲਿਖੀ, ਕਹਿਣ ਲੱਗਿਆ, ਹੇ ਬੰਦੇ ਤੇਰੇ ਪਾਪ ਦਾ ਸਰੀਰ ਏਡਾ ਵੱਡਾ, ਪੁੰਨ ਦੀ ਚਾਦਰ ਏਡੀ ਛੋਟੀ, ਸਾਰੀ ਉਮਰ ਤੂੰ ਇਸ ਪਾਪ ਦੇ ਸਰੀਰ ਨੂੰ ਕੱਜਦੇ ਹੀ ਸਮਾਂ ਲੰਘਾਉਂਦਾ, ਸਿਰ ਵੱਲੋਂ ਢੱਕਦਾ, ਪੈਰਾਂ ਵੱਲੋਂ ਨੰਗਾ ਹੁੰਦਾ, ਪੈਰਾਂ ਵੱਲੋਂ ਢੱਕਦਾ, ਸਿਰ ਵੱਲੋਂ ਨੰਗਾ ਹੁੰਦਾ, ਤੇਰੀ ਤਾਂ ਸਾਰੀ ਜ਼ਿੰਦਗੀ ਇਸ ਮਿਹਨਤ 'ਚ ਲੰਘਦੀ ਹੈ, ਸਾਰਾ ਜੀਵਨ ਤੂੰ ਇਹਨੂੰ ਪਾਪ ਨੂੰ ਢੱਕਣ ਉੱਤੇ ਹੀ ਜ਼ੋਰ ਲਾਉਂਦਾ, ਪਾਪ ਨੂੰ ਕੱਢਣ 'ਤੇ ਜ਼ੋਰ ਨਹੀਂ ਲਾਉਂਦਾ। ਜੇ ਇੰਨਾ ਜ਼ੋਰ ਤੂੰ ਆਪਣੇ ਜੀਵਨ 'ਚ ਇੰਨੀ ਘਾਲਣਾ, ਆਪਣੇ ਜੀਵਨ ਨੂੰ ਪਾਪ ਤੋਂ ਮੁਕਤ ਕਰਨ 'ਤੇ ਲਾਵੇਂ ਨਾ, ਤੂੰ ਤਰੱਕੀ ਕਰ ਲੈ, ਪਰ ਤੇਰੀ ਸਾਰੀ ਮਿਹਨਤ ਹੀ ਉਲਟ ਹੈ। ਪਾਪ ਕਰਦਾ ਹੈ ਉਹਨੂੰ ਢੱਕਣ ਉੱਤੇ ਹੀ ਸਾਰਾ ਜ਼ੋਰ, ਸਾਰਾ ਧਰਮ ਕਰਮ, ਸਾਰੀ ਮਿਹਨਤ ਤੇਰੀ ਪਾਪ ਨੂੰ ਢੱਕਣ 'ਤੇ, ਵੀ ਪਾਪ ਲੋਕਾਂ ਸਾਹਮਣੇ ਨਾ ਆਏ। ਤੂੰ ਪਾਪ ਤੋਂ ਮੁਕਤ ਹੋਣ ਬਾਰੇ ਬਹੁਤ ਘੱਟ ਸੋਚਦਾ। ਇਸੇ ਕਰਕੇ ਗੁਰੂ ਅਮਰਦਾਸ ਮਹਾਰਾਜ ਨੇ ਬਾਣੀ ਚ ਆਖਿਆ, ਸਤਿਗੁਰਾਂ ਦਾ ਇਹ ਤਜਰਬਾ ਹੈ, ਉਹਨਾਂ ਨੇੜੇ ਹੋ ਕੇ ਲੋਕਾਂ ਦੀ ਸੋਚ ਨੂੰ ਵੇਖਿਆ, ਪਰਖਿਆ, ਲੋਕਾਂ ਦੇ ਹਿਰਦੇ ਦੇ ਵਿੱਚ ਹੁੰਦੀ ਉਥਲ ਪੁਥਲ ਨੂੰ ਮਹਿਸੂਸ ਕੀਤਾ ਸਤਿਗੁਰਾਂ ਨੇ। ਤੀਰਥਾਂ ਦੇ ਉੱਤੇ ਨਹਾਉਣ ਵਾਲਿਆਂ ਦੀ ਬੜੀ ਭੀੜ ਹੈ, ਸਰੀਰਕ ਇਸ਼ਨਾਨ ਨਾਲ ਲੋਕ ਪਾਪ ਦੂਰ ਕਰਨ ਦਾ ਦਾਅਵਾ ਕਰ ਲੈਂਦੇ ਨੇ। ਪੁਜਾਰੀਆਂ ਨੂੰ ਪੁੱਛਿਆ, ਪਾਪ ਕਿਵੇਂ ਦੂਰ ਹੋਵੇ? ਜਿਹਨੂੰ ਆਪ ਜਿਹਦੇ ਅੰਦਰ ਹਨੇਰਾ ਹੈ ਉਹ ਕਿਵੇਂ ਦੱਸਦਾ ਹੈ ਕਿ ਪਾਪ ਤੋਂ ਮੁਕਤੀ ਦਾ ਰਾਹ ਕੀ ਹੈ, ਪਾਪ ਤੋਂ ਮੁਕਤ ਹੋਣਾ ਕੀ ਹੈ? ਬੁਝੇ ਦੀਵੇ ਵੀ ਕਦੇ ਚਾਨਣ ਦਿੰਦੇ?
ਉਹਨੂੰ ਭਾਵੇਂ ਤਲੀ ਤੇ ਰੱਖ ਲਓ, ਹਥੇਲੀ ਤੇ ਰੱਖ ਲਓ, ਉਹ ਤੁਹਾਡਾ ਮਾਰਗ ਰੋਸ਼ਨ ਨਹੀਂ ਕਰ ਸਕਦਾ। ਜਿਹੜਾ ਕੇਵਲ ਕਰਮ ਕਾਂਡੀ ਹੈ, ਜਿਹੜਾ ਕੇਵਲ ਮਾਇਆ ਦਾ ਮੁਜੱਸਮਾ ਹੈ, ਜਿਹਦੇ ਅੰਦਰ ਕੇਵਲ ਤੇ ਕੇਵਲ ਸੰਕਲਪਾਂ ਵਿਕਲਪਾਂ ਦਾ ਸ਼ੋਰ ਹੈ, ਜਿਹਨੇ ਧਰਮ ਨੂੰ ਕੇਵਲ ਤਨ ਦੇ ਪੰਜਾਂ ਤੱਤਾਂ ਦੇ ਸਰੀਰ ਤੱਕ ਹੀ ਹੰਡਾਇਆ, ਇਹਦੋਂ ਅੱਗੇ ਸੁਰਤ ਤੱਕ ਨਹੀਂ ਪਹੁੰਚਣ ਦਿੱਤਾ, ਉਹ ਬੰਦਾ ਤੁਹਾਨੂੰ ਕਿਵੇਂ ਚਾਨਣ ਦੇ ਦੇ? ਕਿੱਥੇ ਤੁਹਾਡਾ ਪਾਰ ਉਤਾਰਾ ਕਰਦਾ? ਪੁੱਛਿਆ ਲੋਕਾਂ ਨੇ ਪੁਜਾਰੀ ਨੂੰ, ਕਿਵੇਂ ਕਰੀਏ ਪਾਪ ਤੋਂ ਮੁਕਤ ਹੋਣ ਲਈ, ਕਿਹੜਾ ਸਾਧਨ ਹੈ? ਉਹ ਪੁਜਾਰੀ ਕਹਿਣ ਲੱਗਿਆ ਵੀ ਇੱਥੇ ਤੀਰਥ ਤੇ ਆ ਕੇ ਨਹਾਇਆ ਕਰੋ, ਦਾਨ ਕਰਿਆ ਕਰੋ, ਪੁੰਨ ਕਰਿਆ ਕਰੋ, ਮੰਤਰ ਮੈਂ ਪੜ੍ਹਦੇ ਹਾਂ, ਪਾਪ ਤੋਂ ਮੁਕਤ ਹੋ ਜਾਓ। ਹਜ਼ਾਰਾਂ ਲੋਕ, ਕਿਹਨੂੰ ਪਾਪ ਦਾ ਡਰ ਨਹੀਂ, ਕਿਹਨੂੰ ਆਪਣੇ ਪਾਪਾਂ ਤੋਂ ਖੌਫ ਨਹੀਂ? ਦੁਨੀਆ ਜਾਣ ਲੱਗੀ, ਇਸ਼ਨਾਨ ਕਰਦੀ ਹੈ, ਦਾਨ ਦਿੱਤੀ ਹੈ, ਮੰਤਰ ਪੁਜਾਰੀ ਪੜ੍ਹ ਦਿੰਦਾ, ਲੋਕਾਂ ਨੂੰ ਮਹਿਸੂਸ ਹੁੰਦਾ ਕਿ ਅਸੀਂ ਪਾਪ ਲਾ ਲਏ। ਗੁਰੂ ਅਮਰਦਾਸ ਮਹਾਰਾਜ ਆਪਣੀ ਮੁਬਾਰਕ ਬਾਣੀ ਦੇ ਅੰਦਰ ਇਹ ਬਚਨ ਕਰਦੇ ਨੇ। ਹਜ਼ੂਰ ਕਹਿੰਦੇ ਵੀ ਪਾਪ ਹੁੰਦਾ ਕਿਵੇਂ ਹੈ? ਨਾ ਪੁਜਾਰੀ ਧਰਮ ਦਾ ਆਗੂ ਦੱਸਣ ਲਈ ਤਿਆਰ ਹੈ, ਨਾ ਲੋਕ ਸਮਝਣ ਲਈ ਤਿਆਰ ਹੈ। ਜਦੋਂ ਬੰਦਾ ਕਿਸੇ ਰੂਟੀਨ 'ਚ ਪੈ ਜਾਂਦਾ ਹੈ ਨਾ, ਲੜੀਵਾਰ ਰੂਟੀਨ ਵਿੱਚ ਪੈ ਜਾਂਦਾ ਹੈ, ਤੇ ਕਈ ਵਾਰ ਬਾਹਰ ਦੀ ਗੱਲ ਸੁਣਨ ਦੀ ਸਮਰੱਥਾ ਗਵਾ ਲੈਂਦਾ ਹੈ। ਧਿਆਨ ਦੇਣਾ, ਇਹ ਮਨੋਵਿਗਿਆਨੀਆਂ ਦਾ ਨੁਕਤਾ ਹੈ ਵੀ ਜਦੋਂ ਬੰਦਾ ਇੱਕ ਰੂਟੀਨ 'ਚ ਪੈ ਜਾਂਦਾ ਨਾ, ਜਦੋਂ ਕੋਈ ਬਾਹਰੋਂ ਕੋਈ ਗੱਲ ਉਹਨੂੰ ਕਵੇ, ਕਈ ਵਾਰ ਉਹਨੂੰ ਅਣਸੁਣੀ ਕਰਦਾ ਹੈ। ਉਹਨੂੰ ਸੁਣਨਾ, ਉਹਨੂੰ ਸਮਝਣਾ ਤੇ ਬਰਦਾਸ਼ਤ ਕਰਨਾ ਬੰਦੇ ਦੇ ਵੱਸ ਦੀ ਗੱਲ ਨਹੀਂ ਰਹਿ ਜਾਂਦੀ, ਕਿਉਂਕਿ ਉਹ ਆਪਣੀ ਰੂਟੀਨ ਵਿੱਚ ਤੁਰਦਾ ਰਹਿੰਦਾ। ਜੇ ਉਹ ਬਾਹਰ ਦੀ ਗੱਲ ਕੋਈ ਸੁਣ ਲਵੇ ਤਾਂ ਉਹਨੂੰ ਲੱਗਦਾ ਵੀ ਮੇਰੀ ਰੂਟੀਨ ਵਿੱਚ, ਮੇਰੀ ਮਰਿਆਦਾ 'ਚ ਭੰਗ ਪੈਂਦਾ, ਪਰ ਨਹੀਂ, ਐਸੀ ਕੋਈ ਬਾਤ ਨਹੀਂ ਹੁੰਦੀ। ਮੈਂ ਤਾਂ ਹੈਰਾਨ ਹੁੰਦਾ, ਸਾਡੇ ਗੁਰ ਭਾਈ ਕਈ ਵਾਰ ਆਖਣਗੇ ਵੀ ਤੁਸੀਂ ਆਹ ਗੱਲ ਕਿਉਂ ਕੀਤੀ, ਇਹਦੇ ਨਾਲ ਸਾਡੀ ਸ਼ਰਧਾ ਟੁੱਟਦੀ ਹੈ। ਮੈਂ ਆਖਦਾ ਆਪਣੀ ਸ਼ਰਧਾ ਨੂੰ ਖੋਲੋ, ਇਹਦੇ 'ਚ ਕਮੀ ਹੈ, ਮੇਰੀ ਗੱਲ 'ਚ ਨਹੀਂ, ਸ਼ਰਧਾ 'ਚ ਕਮੀ ਹੈ। ਉਹ ਅਗਲਿਆਂ ਦੀ ਤੱਤੀ ਤਵੀ ਤੇ ਸ਼ਰਧਾ ਨਾਲ ਟੁੱਟੀ, ਤੁਹਾਡੀ ਗੱਲ ਨਾਲ ਟੁੱਟਦੀ ਹੈ। ਅਗਲਿਆਂ ਦੀ ਆਰਿਆਂ ਨਾਲ ਸ਼ਰਧਾ ਨਾਲ ਟੁੱਟੀ, ਜਿਹਨਾਂ ਦੇ ਤੁਸੀਂ ਇਤਿਹਾਸ ਪੜ੍ਹਦੇ ਹੋ, ਜਿਹਨਾਂ ਦੀ ਔਲਾਦ, ਕੋਈ ਗੱਲ ਕਰ ਜਾਏ ਤੁਹਾਡੀ ਸ਼ਰਧਾ ਟੁੱਟ ਜਾਂਦੀ, ਕੈਸੀ ਸ਼ਰਧਾ ਹੈ? ਫੋੜੋ ਆਪਣੇ ਅੰਦਰੋਂ, ਕਿਤੇ ਸ਼ਰਧਾ 'ਚ ਹੀ ਘਾਟ ਨਾ ਹੋਵੇ, ਕਿਤੇ ਸਾਡੇ ਭਰੋਸੇ ਦੇ ਵਿੱਚ ਹੀ ਪਹਿਲਾਂ ਹੀ ਤਰੇੜ ਨਾ ਹੋਵੇ ਵੀ ਜਿਹਦੇ 'ਚ ਪਾਣੀ ਪੈ ਜਾਂਦਾ ਹੈ, ਗੱਲ ਪੈ ਜਾਂਦੀ ਹੈ। ਇਸ ਕਰਕੇ ਆਪਣੇ ਆਪ ਨੂੰ ਫੋੜੋ, ਬੰਦ ਬੰਦ ਕਟਵਾਉਣ ਵਾਲਿਆਂ ਦੀ ਸ਼ਰਧਾ ਨਾ ਟੁੱਟੀ। ਜਿਹਦੀ ਗੱਲ ਨਾਲ ਸ਼ਰਧਾ ਟੁੱਟ ਜਾਂਦੀ, ਉਹ ਸ਼ਰਧਾ ਨਹੀਂ, ਉਹ ਧਰਮ ਨਹੀਂ, ਉਹ ਭਰਮ ਹੈ। ਧਰਮ ਹਮੇਸ਼ਾ ਗੱਲ ਨਾਲ ਟੁੱਟਦਾ, ਭਰਮ ਹਮੇਸ਼ਾ ਵਿਚਾਰ ਨਾਲ ਟੁੱਟਦਾ। ਗੁਰੂ ਨਾਨਕ ਮਹਾਰਾਜ ਨੇ ਵੀ ਉਜਰ ਕੀਤਾ ਹੀ ਹੋਵੇਗਾ ਨਾ ਸੂਰਜ ਨੂੰ ਪਾਣੀ ਦੇਣ ਵਾਲੇ ਨੂੰ, ਵੀ ਤੁਸੀਂ ਤਾਂ ਸਾਡੀ ਸ਼ਰਧਾ ਤੋੜ ਛੱਡੀ। ਗੁਰੂ ਨੇ ਆਖਿਆ ਜਿਹਨੂੰ ਤੁਸੀਂ ਆਖਦੇ ਨਾ ਵੀ ਧਰਮ ਤੋੜੇ, ਧਰਮ ਨਹੀਂ, ਇਹ ਭਰਮ ਹੈ। ਧਰਮ ਤੇ ਭਰਮ ਦਾ ਫਰਕ ਸਮਝੋ। ਜੇ ਧਰਮ ਦਾ ਤੇ ਭਰਮ ਦਾ ਫਰਕ ਸਮਝ ਆ ਗਿਆ ਨਾ, ਫਿਰ ਇਹ ਗੱਲ ਆਪਣੇ ਮਨ ਅੰਦਰ ਹੰਡਾਉਣੀ ਤੇ ਜੀਣੀ ਸੌਖੀ ਹੋ ਜਾਏ। ਹਜ਼ੂਰ ਨੇ ਆਖਿਆ ਮੈਂ ਤੁਹਾਡਾ ਧਰਮ ਨਹੀਂ ਤੋੜਿਆ, ਤੁਹਾਡਾ ਭਰਮ ਤੋੜਿਆ। ਭੁਲੇਖਾ ਹੈ ਵੀ ਤੁਸੀਂ ਆਪਣੇ ਭਰਮ ਨੂੰ ਧਰਮ ਮੰਨ ਕੇ ਬਹਿ ਗਏ। ਧਰਮ ਨੂੰ ਮੰਨਿਆ ਹੁੰਦਾ ਤੇ ਐਸੇ ਕਰਮ ਤੁਸਾਂ ਨਹੀਂ ਸੀ ਕਰਨਾ। ਤੋ ਭਰਮ ਨੂੰ ਧਰਮ ਮੰਨ ਲੈਂਦਾ ਬੰਦਾ, ਕਈ ਵਾਰ ਆਪਣੇ ਜੀਵਨ ਅੰਦਰ ਭੁਲੇਖਾ ਐਸੀ ਚੀਜ਼ ਹੈ, ਕਿਉਂਕਿ ਹਨੇਰਾ ਹੈ, ਹਨੇਰਾ ਭੁਲੇਖੇ ਦਿੰਦਾ ਹੈ। ਗਰੀਬ ਰਾਜ ਮਹਾਰਾਜ ਕਹਿਣ ਲੱਗੇ ਪਾਪ ਕਰੈ ਪੰਚਾਂ ਕੇ ਬਸ ਰੇ, ਪੰਜ ਵਿਕਾਰਾਂ ਦੇ ਵਸ ਪੈ ਕੇ ਬੰਦਾ ਪਾਪੀ ਬਣਦਾ ਹੈ। ਲੋਭ ਵਸ, ਕ੍ਰੋਧ ਵਸ, ਕਾਮ ਵਸ, ਮੋਹ ਵਸ, ਹੰਕਾਰ ਵਸ ਹੋ ਕੇ ਬੰਦੇ ਨੇ ਕੁਝ ਐਸਾ ਸੋਚ ਲਿਆ, ਕੁਝ ਐਸਾ ਕਰ ਲਿਆ ਜਿਸ ਨੇ ਉਹਨੂੰ ਪਾਪੀ ਬਣਾ ਦਿੱਤਾ। ਪਾਪ ਕਰੈ ਪੰਚਾਂ ਕੇ ਬਸ, ਪੰਜਾਂ ਵਿਕਾਰਾਂ ਦੇ ਵਸ ਹੋ ਕੇ। ਹਜ਼ੂਰ ਆਖਦੇ ਤੀਰਥ ਨਹਾਏ ਕਹਿ ਸਭ ਉਤਰੇ, ਤੀਰਥ ਤੇ ਨਹਾਤੇ, ਚਾਰ ਚੁੱਭੇ ਮਾਰੇ, ਦਾਨ ਦਿੱਤਾ ਪੁਜਾਰੀ ਨੂੰ, ਪੁਜਾਰੀ ਨੇ ਚਾਰ ਮੰਤਰ ਪੜ੍ਹੇ, ਆਖਿਆ ਠੀਕ ਹੈ ਜਾਓ, ਸਰਟੀਫਿਕੇਟ ਦੇ ਦਿੱਤਾ ਧਰਮੀ ਹੋਣ ਦਾ, ਠੀਕ ਹੈ। ਤਨ ਨੂੰ ਧੋ ਲਿਆ,
ਚਾਰ ਪੈਸੇ ਦੇ ਦਿੱਤੇ, ਮੰਤਰ ਕਿਸੇ ਨੇ ਪੜ੍ਹ ਦਿੱਤੇ, ਆਖਿਆ ਬਸ ਠੀਕ ਹੈ, ਹੁਣ ਤੁਹਾਡੇ ਪਿਛਲੇ ਸਾਰੇ ਪਾਪ ਉਤਰ ਗਏ। ਤੀਰਥ ਨਹਾਏ ਕਹਿ ਸਭ ਉਤਰੇ, ਫਿਰ ਅੱਗੇ ਚਲੇ ਗਏ। ਆਖਦੇ ਬਹੁਤ ਕਮਾਵੇ ਹੋਏ ਨਿਸੰਗ, ਫਿਰ ਕਮਾਉਂਦੇ ਨੇ ਨਿਸੰਗ ਹੋ ਕੇ ਹੋਰ। ਪੁੱਛਿਆ ਉਹ ਤੁਸੀਂ ਤਾਂ ਪਾਪ ਲਾ ਆਏ ਹੋ, ਫਿਰ ਉਹ ਹਾਲ ਕਹਿਣ ਲੱਗੇ ਫਿਰ ਲਾ ਆਵਾਂਗੇ, ਕਹਿਣ ਲੱਗੇ ਫਿਰ ਚਾਰ ਛਿਲੜਾ ਪੁਜਾਰੀ ਨੂੰ ਦੇ ਕੇ ਮੰਤਰ ਪੜ੍ਹਾ ਲਵਾਂਗੇ। ਇੰਨੇ ਸੌਖੇ ਢੰਗ ਨਾਲ ਪਾਪ ਉਤਰਦਾ ਤੇ ਡਰਨ ਦੀ ਕੀ ਲੋੜ ਹੈ, ਜੇ ਫਿਰ ਦੁਬਾਰਾ ਹੋ ਜਾਣਗੇ ਫਿਰ ਗੇੜਾ ਮਾਰ ਆਵਾਂਗੇ, ਸਾਲ ਬਾਅਦ ਦੋ ਸਾਲ ਬਾਅਦ ਜਦੋਂ ਬਸ ਲੱਗੇ। ਬਹੁਤ ਫਿਰ ਕਮਾਵਾ ਹੋਏ ਨਿਸੰਗ, ਨਿਸੰਗ ਹੋ ਕੇ ਸੰਗ ਲਾ ਕੇ ਕਮਾਉਂਦੇ ਨੇ। ਜਾਮਪੁਰ ਬਾਂਧ ਖਰੇ ਕਲੰਕਾ, ਕਲੰਕੀ ਜੀਵਨ ਵਾਲੇ ਅਖੀਰ ਸਤਿਗੁਰੂ ਜੀ ਆਖਦੇ ਸਜ਼ਾ ਦੇ ਭਾਗੀਦਾਰ ਬਣ ਗਏ, ਪਾਪੀ ਬਣ, ਪੱਕੇ ਪਾਪੀ ਹੋ ਗਏ, ਰੁਟੀਨ ਦੇ ਪਾਪੀ। ਇਹ ਤਰੀਕਾ ਬਾਹਰੋਂ ਚੁਣ ਲਿਆ ਗਿਆ ਵੀ ਇਵੇਂ ਪਾਪ ਜੀਵਨ ਦੇ ਵਿੱਚੋਂ ਬਿਰਸ ਜਾਂਦਾ, ਇਵੇਂ ਬੰਦਾ ਧਰਮੀ ਹੋ ਜਾਂਦਾ। ਇੱਕ ਨਕਾਬ ਚੜਾ ਲਿਆ ਨਾ ਤੀਰਥ ਨਹਾਉਣ ਦਾ ਆਪਣੇ ਚਿਹਰੇ ਦੇ ਉੱਤੇ, ਬਾਹਰੋਂ ਇੱਕ ਆਪਣੇ ਆਪ ਨੂੰ ਓੜ ਲਿਆ, ਢੱਕ ਲਿਆ ਵੀ ਹੁਣ ਮੈਂ ਪਾਪੀ ਨਹੀਂ ਗਿਆ ਕਿਉਂਕਿ ਮੈਂ ਤੀਰਥ ਇਸ਼ਨਾਨ ਕਰ ਰਿਹਾ, ਪਰ ਬਦਲਿਆ ਤਾਂ ਕੱਖ ਵੀ ਨਹੀਂ ਸੀ। ਇਹਨੂੰ ਆਖਿਆ ਨਾ ਮਹਾਰਾਜ ਨੇ ਸਾਧ ਭੜੇ ਅਣਨਾਤਿਆਂ ਚੋਰ ਸੇ ਚੋਰਾ ਚੋਰ, ਵੀ ਚੋਰ ਲੱਖ ਵਾਰ ਵੀ ਨਾ ਆਏ ਨਾ ਚੋਰ ਹੀ ਰਹਿਣਾ, ਸਾਧ ਨਹੀਂ ਬਣ ਜਾਣਾ। ਤੇ ਜੇ ਨੇਕ ਕੰਮ ਕਰਨ ਵਾਲਾ ਨਾ ਵੀ ਨਹਾਉਣ ਜਾਏ ਨਾ ਤੀਰਥ ਤੇ, ਉਹ ਤਾਂ ਵੀ ਨੇਕ ਹੀ ਹੈ, ਉਹਦੀ ਨੇਕੀ ਨੂੰ ਫਰਕ ਨਹੀਂ ਪੈਣ ਲੱਗਿਆ। ਗੁਰਦੇਵ ਨੇ ਆਖਿਆ, ਕਹਿਣ ਲੱਗੇ ਬਸ ਬੰਦਾ ਨਕਾਬ ਚੜਾਉਣ ਦੀ ਕੋਸ਼ਿਸ਼ ਕਰਦਾ ਵੀ ਢੱਕਿਆ ਜਾਏ ਕਿਸੇ ਨਾ ਕਿਸੇ ਤਰ੍ਹਾਂ, ਸਾਰਾ ਜੀਵਨ ਆਪਣੇ ਪਾਪ ਦੇ ਸਰੀਰ ਨੂੰ ਢੱਕਦਿਆਂ, ਪੁੰਨ ਦੀ ਚਾਦਰ ਬੜੀ ਛੋਟੀ ਹੁੰਦੀ ਹੈ, ਕਿਤੇ ਨਾ ਕਿਤੇ ਉਹ ਨੰਗਾ ਹੁੰਦਾ ਰਹਿੰਦਾ, ਉਹਨੂੰ ਢੱਕਣ ਦੀ ਕਵਾਇਦ ਵਿੱਚ ਮਿਹਨਤ ਵਿੱਚ ਸਾਰਾ ਜੀਵਨ ਲਾ ਦਿੰਦਾ। ਸਤਿਗੁਰੂ ਸੱਚੇ ਪਾਤਸ਼ਾਹ ਕਦੇ ਪਾਪ ਕੱਢਦਾ ਨਹੀਂ ਜੀਵਨ ਚੋਂ, ਆਪਣੇ ਆਪ ਨੂੰ ਮਹਿਸੂਸ ਨਹੀਂ ਕਰਵਾਉਂਦਾ ਕਿ ਮੇਰੇ ਜੀਵਨ ਵਿੱਚ ਇਹ ਪਾਪ ਹੈ, ਔਗਣ ਹੈ, ਦੁਰਆਚਾਰ ਹੈ, ਭੈੜਾ ਵਿਹਾਰ ਹੈ। ਸਤਿਗੁਰੂ ਸੱਚੇ ਪਾਤਸ਼ਾਹ ਆਖਦੇ ਨੇ ਇੱਥੋਂ ਸ਼ੁਰੂ ਹੋਣੀ ਹੈ ਸੇਵਾ, ਸੇਵਾ ਇੱਥੋਂ ਸ਼ੁਰੂ ਹੋਣੀ ਹੈ, ਕਿਉਂਕਿ ਵਾਹਿਗੁਰੂ ਤੇਰੇ ਅੰਦਰ ਹੋਵੋ ਚਾਕਰ ਸਾਚੇ ਕੇਰੇ। ਬਾਹਰ ਝਾੜੂ ਦਿੰਦੇ ਹਾਂ ਨਾ, ਝਾੜੂ ਅੰਦਰ ਵੀ ਦੇਣਾ ਪੈਣਾ, ਕਿਉਂਕਿ ਰੱਬ ਤਾਂ ਇੱਥੇ ਵੀ ਵੱਸਦਾ, ਇੱਥੋਂ ਵੀ ਗੰਦਗੀ ਸਾਫ਼ ਕਰਨੀ ਪੈਣੀ ਹੈ, ਕਿਉਂਕਿ ਮਾਲਕ ਦਾ ਵਾਸ ਤੇ ਇੱਥੇ ਵੀ ਹੈ। ਸਭ ਮੈਂ ਜੋਤ ਜੋਤ ਹੈ ਸੋਏ, ਬਾਹਰ ਦੇ ਧਰਮ ਅਸਥਾਨ ਨੂੰ ਸਵਾਰਦੇ ਇਸ ਧਰਮ ਅਸਥਾਨ ਨੂੰ ਵੀ ਸਵਾਰਨਾ ਪੈਣਾ। ਦੇਹੀ ਮਹਿਜਦ ਹੈ, ਹਰਿਮੰਦਰ ਇਹ ਸਰੀਰ ਹੈ, ਇਹਨੂੰ ਵੀ ਸਾਫ਼ ਰੱਖਣਾ ਪੈਣਾ, ਇਹਦੀ ਵੀ ਮਰਿਆਦਾ ਬਹਾਲ ਕਰਨੀ ਪੈਣੀ ਹੈ। ਸੇਵਾ ਇੱਥੋਂ ਸ਼ੁਰੂ ਹੋ ਗਈ ਨਾ ਤੇ ਬਾਹਰ ਵੀ ਗੰਦ ਨਹੀਂ ਪੈਣ ਦੇਵਾਂਗੇ ਅਸੀਂ। ਬੰਦਾ ਬਾਹਰ ਕਰਮਾਂ ਨਾਲ ਗੰਦ ਪਾਉਂਦਾ, ਆਪਣੇ ਵਿਹਾਰ ਨਾਲ ਸਾਰੇ ਸੰਸਾਰ ਦੇ ਅੰਦਰ। ਕਬੀਰ ਸਾਹਿਬ ਦਾ ਕਦੇ ਬਚਨ ਪੜ੍ਹ ਕੇ ਵੀ ਕਿਉਂ ਕਹਿੰਦੇ, ਕਬੀਰ ਸਾਕਤ ਤੇ ਸ਼ੂਕਰ ਭਲਾ ਰਾਖੈ ਆਛਾ ਗਾਓ, ਉਹ ਸਾਕਤ ਬਪੁਰਾ ਮਰ ਗਿਆ ਕੋਈ ਨਾ ਲਹਿ ਨਾ। ਕਹਿ ਲੱਗੇ ਸਾਕਤ ਨਾਲੋਂ ਸੂਰ ਚੰਗਾ, ਮੰਦੇ ਅਮਲ ਕਰਨ ਵਾਲੇ ਨਾਲੋਂ ਸੂਰ ਚੰਗਾ। ਕਿਉਂ? ਕਹਿਣ ਲੱਗੇ ਘੱਟੋ ਘੱਟ ਬਾਹਰ ਦੀ ਗੰਦਗੀ ਤੇ ਸਾਫ਼ ਕਰਦਾ, ਪਰ ਸਾਕਤ ਤਾਂ ਸਾਰੀ ਜ਼ਿੰਦਗੀ ਗੰਦ ਪਾਉਂਦਾ, ਪਤਾ ਨਹੀਂ ਕਿਤਨਿਆਂ ਦੇ ਜੀਵਨ ਬਰਬਾਦ ਕਰਦਾ, ਕਿੰਨਿਆਂ ਨੂੰ ਗਲਤ ਸਲਾਹਾਂ ਦੇ ਕੇ ਮਾੜੇ ਪਾਸੇ ਤੋਰਦਾ, ਕਿੰਨਿਆਂ ਦਾ ਹੱਕ ਮਾਰਦਾ, ਕਿੰਨਿਆਂ ਦੇ ਕੋਲ ਇੱਕ ਦੂਸਰੇ ਦੀ ਚੁਗਲੀ ਤੇ ਨਿੰਦਾ ਕਰਕੇ ਦੁਫੇੜ ਪਾਉਂਦਾ, ਦੋ ਆਦਮੀਆਂ ਨੂੰ ਇਕੱਠਿਆਂ ਨਹੀਂ ਬਹਿਣ ਦਿੰਦਾ, ਸਾਰਾ ਜੀਵਨ ਇਹੋ ਕੁਝ ਕਰਦਾ, ਉਹ ਤੇ ਤੁਰ ਜਾਂਦਾ, ਪਰ ਉਹਦੇ ਪਾਏ ਹੋਏ ਗੰਦ ਦਾ ਅਸਰ ਸਦੀਆਂ ਤੱਕ ਰਹਿੰਦਾ ਲੋਕਾਂ ਦੇ ਅੰਦਰ। ਸਦੀਆਂ ਤੱਕ ਲੋਕ ਉਹਦੇ ਕੀਤੇ ਕਰਮਾਂ ਦਾ ਫਲ ਭੁਗਤਦੇ ਨੇ, ਉਹਦੇ ਕੀਤੇ ਕਰਮਾਂ ਦਾ ਪ੍ਰਭਾਵ ਭੋਗਦੇ ਨੇ। ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਤਾਂ ਹੀ ਉਹ ਆਖਿਆ, ਕਹਿਣ ਲੱਗੇ ਆਪਣੇ ਆਪ ਨੂੰ ਸਾਫ਼ ਕਰ, ਆਪ ਸਵਾਰੈ ਮੈਂ ਮਿਲੈ, ਮੈਂ ਮਿਲਿਆ ਸੁੱਖ ਹੋਏ, ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਆਪੇ ਨੂੰ ਧੋ, ਆਪੇ ਨੂੰ ਸਾਫ਼ ਕਰ, ਆਪੇ ਹਿਰਦੇ ਨੂੰ
ਸਫਾਈ ਦੇ ਜੋੜ ਨਾਲ ਪਵਿੱਤਰ ਬਣਾ ਤਾਂ ਕਿ ਉਹ ਅਕਾਲ ਪੁਰਖ ਵਾਹਿਗੁਰੂ ਦਾ ਇਹ ਅਸਲ ਹਰਿਮੰਦਰ ਇਹਦੀ ਮਰਿਆਦਾ ਵੀ ਬਹਾਲ ਹੋ ਸਕੇ। ਧਿਆਨ ਦੇਈਏ ਇਸ ਨੁਕਤੇ ਵੱਲ। ਚਾਕਰ ਦੀ ਜੋ ਖੂਬੀ ਹੈ ਨਾ ਬਾਣੀ ਦੇ ਅੰਦਰ, ਚਾਕਰ ਲੱਗੇ ਚਾਕਰੀ ਜੇ ਚੱਲੇ ਖਸਮੈ ਪਾਏ, ਹੁਰਮਤ ਤਿਸਨੋਂ ਅਗਲੀ ਵਜੋਂ ਵੀ ਦੂਣਾ ਖਾਏ। ਪਰ ਨਾਲ ਸੁਚੇਤ ਵੀ ਕੀਤਾ, ਖਸਮੈ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ, ਵਜੋਂ ਗਵਾਏ ਅਗਲਾ ਮੂਹੇ ਮੋਹ ਪਾਣਾ ਖਾਏ। ਇਹ ਵੀ ਆਖਿਆ ਚਾਕਰ ਲੱਗਾ ਚਾਕਰੀ ਨਾਲੇ ਗਾਰ ਬਵਾਰ, ਗੱਲਾਂ ਕਰੇ ਘਨੇਰੀਆਂ ਖਸਮ ਨਾ ਪਾਏ ਸਾਰ। ਬੜੀਆਂ ਘਨੇਰੀਆਂ ਬਾਤਾਂ ਕਰਦਾ, ਮੈਂ ਬੜਾ ਪਹੁੰਚਿਆ, ਮੈਂ ਬੜਾ ਸਿਆਣਾ, ਮੈਂ ਬੜਾ ਕੀਤਾ। ਨਹੀਂ, ਕਹਿਣ ਲੱਗੇ ਗਾਰ ਬਵਾਰ ਹੰਕਾਰ ਦੇ ਵਿਵਹਾਰ ਛੇੜਦਾ, ਹਉਮੈ ਕਰਦਾ ਵੀ ਮੈਂ ਕੀਤਾ, ਮੇਰੇ ਤੋਂ ਬਿਨਾਂ ਹੋਣਾ ਨਹੀਂ ਸੀ, ਮੈਂ ਹੀ ਸਾਰਾ ਕੁਝ ਕਰਨ ਵਾਲਾ, ਮੇਰੀ ਤਾਂ ਇੰਨੀ ਘਾਲਣਾ। ਇਹ ਹੰਕਾਰ ਦੀ ਬਾਤ ਜੋ ਕਹਿੰਦਾ। ਸਤਿਗੁਰਾਂ ਨੇ ਆਖਿਆ ਆਪ ਗਵਾਏ ਸੇਵਾ ਕਰੇ, ਸੇਵਾ ਤਾਂ ਕਰੇ ਪਰ ਆਪਾਂ ਵਿੱਚ ਨਾ ਹੋਵੇ ਮੈਂ ਕਰਨ ਵਾਲਾ, ਮੈਂ ਕੀਤਾ ਮੈਂ ਨਹੀਂ ਕੀਤਾ। ਹਜ਼ੂਰ ਗੁਰੂ ਅਰਜਨ ਸਾਹਿਬ ਨੇ ਵੇਖੋ ਕਿੱਡੀ ਵੱਡੇ ਕੂਰਨੇ ਪਾਏ ਸਾਡੇ ਲਈ। ਪੋਥੀ ਸਾਹਿਬ ਦੀ ਸੰਪਾਦਨਾ ਕੀਤੀ 1604 ਈਸਵੀ ਚ ਭਾਈ ਗੁਰਦਾਸ ਜੀ ਨੂੰ ਲਿਖਾਰੀ ਲਾ ਦਰਬਾਰ ਸਾਹਿਬ ਦੇ ਅੰਦਰ ਪ੍ਰਕਾਸ਼ ਕੀਤਾ। ਅਖੀਰ ਤੇ ਮੁੰਦਾਵਣੀ ਤੋਂ ਬਾਅਦ ਇੱਕ ਸ਼ਬਦ ਕਿਹਾ, ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋਗ ਕੀਤੋ। ਜੋਗ ਦਾ ਮਤਲਬ ਤੂੰ ਮੈਨੂੰ ਇਸ ਲਾਇਕ ਬਣਾਇਆ, ਮੈਂ ਨਿਰਗੁਣ ਆਰੇ ਕੋ ਗੁਣ ਨਹੀਂ, ਆਪੇ ਤਰਸ ਪਏ ਹੋਈ। ਇਹ ਸਾਨੂੰ ਸਮਝਾਉਂਦੇ ਆ ਕਿ ਅਸੀਂ ਤੇ ਚਮਚਾ ਵੀ ਗੁਰਦੁਆਰੇ ਚੜ੍ਹਾਈਏ ਤੇ ਮੋਟੇ ਅੱਖਰਾਂ ਚ ਨਾਮ ਲਿਖਦੇ ਹਾਂ ਕਿ ਅਸੀਂ ਚੜ੍ਹਾਇਆ ਮਹਾਰਾਜ, ਕਿਤੇ ਭੁੱਲ ਨਾ ਜਾਇਓ। ਜਦੋਂ ਵੀ ਕੋਈ ਚਮਚੇ ਨਾਲ ਦਾਲ ਖਾਏ ਤੇ ਸਾਡਾ ਨਾਂ ਜ਼ਰੂਰ ਪੜੇ, ਫਲਾਨੇ ਸੇਵਾਦਾਰ ਨੇ ਸੇਵਾ ਕੀਤੀ ਹੈ। ਅਸੀਂ ਤਾਂ ਤੌਲੀਆਂ ਤੇ ਵੀ ਨਾਂ ਲਿਖੇ, ਥਾਲੀਆਂ ਤੇ ਵੀ ਨਾਂ ਲਿਖੇ, ਪੱਖਿਆਂ ਤੇ ਵੀ ਨਾਂ ਲਿਖੇ, ਪੱਥਰ ਲਾਇਆ ਉਹਦੇ ਤੇ ਵੀ ਨਾਂ ਲਿਖੇ, ਅਸੀਂ ਦਿੱਤਾ। ਸਾਡਾ ਤਾਂ ਨਾਂ ਭਾਈ ਸਾਹਿਬ ਭੁੱਲ ਜਾਣ ਤੇ ਅਸੀਂ ਝਗੜਾ ਕਲੇਸ਼ ਖੜਾ ਕਰ ਲੈਂਦੇ, ਭੁੱਲ ਹੀ ਜਾਂਦੇ ਵੀ ਕਿੱਥੇ ਬੈਠੇ ਹਾਂ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਤੂੰ ਮੈਨੂੰ ਇਸ ਯੋਗ ਬਣਾਇਆ, ਲਾਇਕ ਬਣਾਇਆ, ਤਦੋਂ ਇਹ ਹੋਇਆ, ਤੇਰੀ ਮਿਹਰ ਤੋਂ ਬਿਨਾਂ ਹੋ ਸਕਦਾ ਸੀ। ਇੱਥੋਂ ਤੱਕ ਆਖਿਆ ਬਾਣੀ ਚ ਸਤਿਗੁਰਾਂ ਨੇ, ਹਉ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਉ, ਮੈਂ ਕੌਣ ਆ ਬੋਲਣ ਵਾਲਾ। ਸੰਸਾਰ ਦੇ ਅਣਗਿਣਤ ਲੋਕਾਂ ਨੂੰ ਤੂੰ ਜ਼ਬਾਨਾਂ ਦਿੱਤੀਆਂ, ਉਹ ਨਾ ਬੋਲ ਸਕੇ, ਮੈਂ ਨਹੀਂ ਬੋਲਿਆ। ਹਉ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ। ਮੈਂ ਤਾਂ ਉਹਦੇ ਹੁਕਮ ਦਾ ਜੋ ਨਜ਼ਾਰਾ ਵੇਖਿਆ ਉਹ ਮੈਂ ਤੁਹਾਡੇ ਸਾਹਮਣੇ ਬਿਆਨ ਕਰ ਦਿੱਤਾ, ਮੈਂ ਕੌਣ ਆ ਇੰਨਾ ਕੁਝ ਕਹਿਣ ਵਾਲਾ, ਮੇਰੀ ਕੀ ਤਾਕਤ। ਸੱਚ ਕੀ ਬਾਣੀ ਨਾਨਕ ਆਖ, ਮੇਰੀ ਨਹੀਂ ਹੈ, ਸੱਚ ਦੀ ਗੱਲ ਹੈ। ਹਰ ਚੀਜ਼ ਦਾ ਕ੍ਰੈਡਿਟ ਜਿਹੜਾ ਇਹਨੂੰ ਆਪਣੇ ਸਿਰ ਨਹੀਂ ਲਿਆ, ਆਖਿਆ ਉਹਦੀ ਕਿਰਪਾ ਦੇ ਨਾਲ ਹੋ ਰਿਹਾ ਸਾਰਾ ਕੁਝ। ਇਹ ਹੈ ਨਿਰਮਾਣਤਾ ਦਾ ਜੀਵਨ। ਇਹਨੂੰ ਕਹਿੰਦੇ ਨੇ ਪ੍ਰਭ ਕੇ ਚਾਕਰ ਸੇ ਭੜੇ ਨਾਨਕ ਤਿੰਨ ਮੁਖੀ ਉਜਲੇ, ਮੁੱਖ ਉਜਲੇ ਹਨ ਉਹਨਾਂ ਦੇ। ਠਾਕੁਰ ਕਾ ਸੇਵਕ ਆਗਿਆਕਾਰੀ, ਉਹਦੀ ਆਗਿਆ ਦਾ ਮੁਰੀਦ, ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ, ਨਾਨਕ ਜਿਸਨੂੰ ਲੱਗਾ ਤਿਸ ਮਿਲੇ। ਜਿਹਦੀ ਉਹ ਚਾਕਰੀ ਕਰਦਾ ਨਾ ਫਿਰ ਉਹਦੇ ਚ ਲੀਨ ਹੋ ਜਾਂਦਾ, ਉਹਦਾ ਰੂਪ ਹੋ ਗਿਆ, ਲੱਗਾ ਸੋ ਪ੍ਰਵਾਨ। ਉਹ ਚਾਕਰ ਤੇ ਉਹਦੀ ਚਾਕਰੀ ਪ੍ਰਵਾਨ ਹੈ, ਕਬੂਲ ਹੈ। ਸਤਿਗੁਰੂ ਸੱਚੇ ਪਾਤਸ਼ਾਹ ਨੇ ਤਾਂ ਹੀ ਆਖਿਆ ਬਾਣੀ ਦੇ ਅੰਦਰ, ਗੁਰ ਪੀਰਾਂ ਦੀ ਚਾਕਰੀ ਮਹਾਂ ਕਰੜੀ, ਸੁੱਖ ਹੈ ਤਾਂ ਕਰੜੀ ਆ, ਆਪਾਂ ਮਾਰੇ ਬਿਨਾਂ ਕਮਾਈ ਨਹੀਂ ਜਾ ਸਕਦੀ। ਪਰ ਹੈ ਸੁੱਖਾਂ ਦਾ ਮੋਲ, ਜਿਹੜਾ ਇਸ ਤਕਲੀਫ ਚੋਂ ਗੁਜ਼ਰਦਾ ਹੈ ਨਾ ਉਹ ਆਤਮਕ ਆਨੰਦ ਨੂੰ ਪਾਉਂਦਾ। ਜਿਹੜਾ ਇਸ ਤਕਲੀਫ ਤੋਂ ਡਰ ਜਾਂਦਾ ਵੀ ਮੈਂ ਕਿਵੇਂ ਹੋਵੇਂ ਛੱਡਾਂ, ਫਿਰ ਮੈਂ ਕਾਹਦੇ ਲਈ ਕਰਦਾ ਜੇ ਮੇਰਾ ਨਾਂ ਹੀ ਨਹੀਂ ਆਉਣਾ ਵਿੱਚ, ਤਾਂ ਕਹਿਣ ਲੱਗੇ ਫਿਰ ਸੁੱਖਾਂ ਤੋਂ ਉਹਦੇ ਹੀ ਰਹਿ ਜਾਂਦਾ।
ਉਲਝਿਆ ਰਹਿੰਦਾ ਸਾਰਾ ਜੀਵਨ, ਆਪਣੀ ਹਉਮੈ ਦਾ ਦੁੱਖ ਭੋਗਦਾ। ਦਾਤਾ ਸਤਿਗੁਰੂ ਧੰਨ ਗੁਰੂ ਨਾਨਕ ਮਹਾਰਾਜ ਜੀ ਦਾ ਇਹ ਸ਼ਬਦ ਹੈ, ਰਾਗ ਸੂਹੀ ਦੇ ਅੰਦਰ ਹਜ਼ੂਰ ਆਖਦੇ ਅੰਤਰ ਵਸੈ ਚਾਕਰ ਦਾ ਜੀਵਨ ਕੈਸਾ ਬਣ ਜਾਂਦਾ। ਗੁਰੂ ਦੇ ਦਰ ਦੀ ਘਾਲਣਾ ਘਾਲਣ ਵਾਲੇ ਦਾ, ਗੁਰਮਤ ਦੀ ਕਮਾਈ ਕਰਨ ਵਾਲੇ ਦਾ ਹਜ਼ੂਰ ਆਖਦੇ ਨੇ ਅੰਤਰ ਵਸੈ, ਭਾਵ ਆਪਣੇ ਹਿਰਦੇ ਵਿੱਚ ਵਸਿਆ ਰਹਿੰਦਾ, ਨਿੱਜ ਘਰ ਵਿੱਚ ਵਾਸ ਪਾ ਲੈਂਦਾ, ਨਾ ਬਾਹਰ ਜਾਏ, ਆਲੇ ਦੁਆਲੇ ਨਹੀਂ ਭਟਕਦਾ, ਭਾਵ ਹੋਰ ਦਰ ਦੇ ਉੱਤੇ ਨਹੀਂ ਭਟਕਦਾ, ਉਹਦੀ ਸੁਰਤ ਫਿਰ ਹੋਰਨਾ ਵਡਾਣੀਆਂ ਆਸਾਂ ਦੇ ਵਿੱਚ ਨਹੀਂ ਉਲਝਦੀ। ਸਤਿਗੁਰੂ ਦੇ ਪਿਆਰ ਵਾਲਿਓ, ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਨਜ਼ਰ ਹਟ ਕੇ ਕਿਸੇ ਹੋਰ ਪਾਸੇ ਵੱਲ ਜਾਂਦੀ ਹੈ ਨਾ ਸੁਰਤ, ਵੀ ਇਹ ਮੇਰੀ ਆਸ ਪੂਰੀ ਕਰ ਸਕਦਾ, ਇੱਥੋਂ ਮੇਰੀ ਤਮੰਨਾ ਪੂਰੀ ਹੋ ਸਕਦੀ, ਆਹ ਮੇਰਾ ਦੁੱਖ ਦੂਰ ਕਰ ਸਕਦਾ, ਤੇ ਸਮਝ ਲੈਣਾ ਅਜੇ ਭਰੋਸੇ 'ਚ, ਅਜੇ ਵਿਸ਼ਵਾਸ ਵਿੱਚ, ਅਜੇ ਈਮਾਨ ਵਿੱਚ ਕਚਿਆਈ ਹੈ, ਅਜੇ ਨੂੰ ਪੱਕਾ ਕਰਨ ਦੀ ਲੋੜ ਹੈ। ਜੀਵਨ ਅੰਦਰ ਦੁੱਖ ਵੀ ਆਉਣਾ, ਸੁੱਖ ਵੀ ਆਉਣਾ, ਪਰ ਬੰਦਾ ਬੇਵਜ੍ਹਾ ਹੀ ਥਿੜਕੀ ਜਾਂਦਾ। ਸੋਚਦੇ ਹਾਂ, ਮੰਨਦੇ ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਗੁਰੂ, ਪਰ ਕਰਮ ਕਰਕੇ ਸਾਡੇ ਕਰਮ ਜਿਹੜੇ ਨੇ ਉਹ ਸਾਡੇ ਕਹਿਣ ਨਾਲ ਮੇਲ ਨਹੀਂ ਖਾਂਦੇ। ਕਈ ਵਾਰ ਇਹ ਵੀ ਮਨ ਵਿੱਚ ਹੁੰਦਾ ਹੈ ਵੀ ਫਲਾਨਾ ਵੀ ਤਾਂ ਗੁਰੂ ਦਾ ਹੀ ਵਰਸਾ ਹੈ, ਉਹਦੇ ਕੋਲੋਂ ਸਾਡਾ ਸਾਰਾ ਕੁਝ ਹੋ ਜਾਣਾ ਹੈ, ਇਹ ਵੀ ਤਾਂ ਭਰਮ ਹੈ ਨਾ ਸਾਡੇ ਮਨ ਅੰਦਰ। ਗੁਰੂ ਗ੍ਰੰਥ ਸਾਹਿਬ ਤੋਂ ਜ਼ਰਾ ਜਿੰਨੀ ਵੀ ਸੁਰਤ ਇੱਧਰ ਉੱਧਰ ਦੌੜਦੀ ਹੈ ਨਾ, ਸਮਝੋ ਈਮਾਨ ਵਿੱਚ ਕਚਿਆਈ ਹੈ, ਭਰੋਸਾ ਪੱਕਾ ਨਹੀਂ। ਅਸੀਂ ਤਾਂ ਹੀ ਮੰਗਦੇ ਹਾਂ ਰੋਜ਼ ਭਰੋਸਾ ਦਾਨ, ਵਿਸਾਹ ਦਾਨ, ਕਿਉਂ ਮੰਗਦੇ ਹਾਂ ਕਿ ਮਹਾਰਾਜ ਸਾਨੂੰ ਇਹ ਦਾਤ ਬਖਸ਼ੋ, ਕਿਤੇ ਜੀਵਨ ਦੇ ਉਤਰਾਵਾਂ ਚੜ੍ਹਾਵਾਂ ਦੇ ਵਿੱਚ ਸਾਡਾ ਭਰੋਸਾ ਡੋਲ ਹੀ ਨਾ ਜਾਏ, ਸਾਡਾ ਸਿਰਕ ਕੱਚਾ ਨਾ ਪੈ ਜਾਏ, ਸਾਡੇ ਈਮਾਨ ਵਿੱਚ ਤ੍ਰੇੜ ਨਾ ਆ ਜਾਏ। ਸਤਿਗੁਰੂ ਆਖਦੇ ਨੇ ਅੰਮ੍ਰਿਤ ਛੋਟ ਕਾਹੇ ਬਿਖ ਖਾਏ, ਉਹ ਵਾਹਿਗੁਰੂ ਜਿਹੜਾ ਆਪਣੇ ਹਿਰਦੇ ਦੇ ਅੰਦਰੋਂ ਤੇਰੇ ਗੁਣਾਂ ਨੂੰ ਪਛਾਣਦਾ ਹੈ ਨਾ, ਉਹ ਬਾਹਰ ਹੋਰ ਦਰਾਂ ਤੇ ਨਹੀਂ ਭਟਕਦਾ। ਸਤਿਗੁਰੂ ਆਖਦੇ ਉਹ ਸੱਚਾ ਚਾਕਰ ਹੈ, ਉਹ ਤੇਰੇ ਨਾਮ ਦਾ ਅੰਮ੍ਰਿਤ ਛੱਡ ਕੇ ਜ਼ਹਿਰ ਕਿਉਂ ਖਾਏ, ਨਹੀਂ ਖਾਂਦਾ ਉਹ ਤੇਰੇ ਗੁਣਾਂ ਦਾ ਅੰਮ੍ਰਿਤ ਛੱਡ ਕੇ, ਤੇਰੇ ਭਰੋਸਾ ਤੇ ਤੇਰਾ ਪਿਆਰ ਛੱਡ ਕੇ ਇਸ ਅੰਮ੍ਰਿਤ ਨੂੰ ਧੱਕਾ ਦੇ ਕੇ ਉਹ ਜ਼ਹਿਰ ਕਿਉਂ ਖਾਏ। ਉਹ ਨਹੀਂ ਖਾਏਗਾ ਜ਼ਹਿਰ ਦੁਨੀਆਂ ਦਾ, ਵਿਡਾਣੀਆਂ ਆਸਾਂ ਦਾ, ਵਿਕਾਰਾਂ ਦਾ। ਆਖਦੇ ਨੇ ਗਿਆਨ ਧਿਆਨ ਸਭ ਕੋਈ ਰਵੈ, ਦੁਨੀਆਂ ਵਿੱਚ ਦਾਅਵੇ ਕਰਨ ਵਾਲੇ ਤਾਂ ਬਹੁਤ ਨੇ, ਗਿਆਨ ਪਾ ਲੈਣ ਵਾਲਾ, ਜਾਣਕਾਰੀ ਪਾ ਲੈਣ ਵਾਲਾ ਆਖਦਾ ਮੈਂ ਸਭ ਤੋਂ ਵੱਡਾ ਗਿਆਨਵਾਨ ਹਾਂ। 2 ਘੰਟੇ ਸਮਾਧੀ ਲਾ ਲੈਣ ਵਾਲਾ ਆਖਦਾ, ਧਿਆਨ ਦਾ ਮਤਲਬ ਹੈ ਇਕਾਗਰਤਾ, ਸਮਾਧੀ ਬਾਹਰੀ ਤੌਰ ਉੱਤੇ ਲਾਉਣ ਵਾਲਾ ਬੰਦਾ। ਗੁਰਬਾਣੀ ਨੇ ਸੁਰਤ ਦੀ ਇਕਾਗਰਤਾ ਦੀ ਬਾਤ ਕਹੀ ਹੈ। ਕਈ ਵਾਰ ਅਸੀਂ ਸਰੀਰ ਨੂੰ ਇਕਾਗਰ ਕਰ ਲੈਂਦੇ ਹਾਂ, ਕਿਰਤ ਛੱਡ ਦਿੰਦੇ ਹਾਂ, ਐਸਾ ਵੀ ਸਾਡੇ ਵਿੱਚ ਇੱਕ ਭਰਮ ਹੈ। ਖੈਰ, ਗਿਆਨ ਧਿਆਨ, ਧਿਆਨ ਦਾ ਮਤਲਬ ਬਾਹਰੀ ਤੌਰ ਤੇ ਦਾਅਵਾ ਕਰਦਾ ਹੈ ਵੀ ਮੈਂ ਬੜਾ ਧਿਆਨੀ ਹਾਂ, ਮੈਂ ਬੜਾ ਧਿਆਨੀ ਹਾਂ, ਮੈਂ ਬੜਾ ਸਮਾਧੀ ਲਾਉਣ ਵਾਲਾ, ਸਭ ਕੋਈ ਰਵ ਹੈ, ਹਰ ਕੋਈ ਇਹ ਦਾਅਵਾ ਕਰਦਾ ਦੁਨੀਆਂ ਦੇ ਅੰਦਰ, ਮੈਂ ਜਾਣਦਾ ਅਸਲ ਰਾਹ ਕਿਹੜਾ ਹੈ, ਇਹ ਦਾਅਵਾ ਹੋ ਗਿਆ ਨਾ। ਬੰਧਨ ਬੰਧਿਆ, ਇਸ ਹਉਮੈ ਦੇ ਬੰਧਨ ਵਿੱਚ ਬੱਝਾ ਸਭ ਜਗ ਪਵੇ, ਸਾਰਾ ਸੰਸਾਰ ਹੀ ਹਉਮੈ ਦੇ ਇਹਨਾਂ ਬੰਧਨਾਂ ਵਿੱਚ ਬੱਝਾ ਹੋਇਆ, ਭਟਕ ਰਿਹਾ, ਮਾਨਸਿਕ ਤੌਰ ਤੇ ਤਸੱਲੀ ਨਹੀਂ ਹੋਈ। ਆਖਦੇ ਨੇ ਸੇਵਾ ਕਰੇ ਸੋ ਚਾਕਰ ਹੋਏ, ਪਰ ਚਾਕਰ ਸੇਵਾਦਾਰ ਤਾਂ ਉਹ ਜਿਹੜਾ ਸੇਵਾ ਕਰਦਾ, ਪਰ ਜਿਹੜੇ ਇਹਨਾਂ ਹਉਮੈ ਦੇ ਬੰਧਨਾਂ ਵਿੱਚ ਪਏ ਹੋਏ ਨੇ ਉਹ ਸੇਵਾਦਾਰ ਕਿਵੇਂ ਹੋ ਸਕਦੇ ਨੇ, ਜਿਹਨਾਂ ਨੂੰ ਆਪਣੀ ਹਉਮੈ ਵੱਢ ਵੱਢ ਖਾਂਦੀ, ਆਪਣੀ ਤੌਖਲੇ ਵੱਢ ਵੱਢ ਖਾਂਦੇ ਨੇ। ਜਲ ਥਲ ਮਹੀਲ ਰਵ ਰਹਿਆ ਸੋਏ, ਜਿਹੜਾ ਤੇਰਾ ਪਿਆਰਾ ਹੈ ਨਾ ਹੇ ਵਾਹਿਗੁਰੂ, ਉਹ ਤੈਨੂੰ ਮਹਿਸੂਸ ਕਰਦਾ ਹੈ ਹਰ ਜਗ੍ਹਾ ਤੇ, ਉਹ ਕਦੇ ਵੀ ਮਨ ਅੰਦਰ ਉਹਦੇ ਅੰਦਰ ਇਹ ਸੰਕਲਪ ਵਿਕਲਪ ਨਹੀਂ ਉੱਠਦੇ ਕਿ ਰੱਬ ਦੂਰ ਹੈ, ਕਦੇ ਉਹਦੇ ਮਨ ਅੰਦਰ ਇਹ ਭਰਮ ਨਹੀਂ ਉਪਜਦਾ ਕਿ ਉਹ ਮੈਨੂੰ ਕਿਹੜਾ ਵੇਖਦਾ।
ਉਹ ਤਾਂ ਇਵੇਂ ਜਿਉਂਦਾ ਜੀਵਨ ਜਿਵੇਂ ਉਹ ਤੇਰੀ ਹਜ਼ੂਰੀ ਚ ਬੈਠਾ ਹੋਵੇ, ਹਰ ਜਗ੍ਹਾ ਤੇਰੀ ਹਜ਼ੂਰੀ ਨੂੰ ਮਹਿਸੂਸ ਕਰਦਾ। ਤਾਂਹੀ ਬਾਣੀ ਦੇ ਵਿੱਚ ਜਿਹੜੇ ਸ਼ਬਦ ਆਖੇ ਨੇ ਇਹਨਾਂ ਦਾ ਭਾਵ ਸਮਝਣਾ ਹੈ, ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ, ਕਿੱਡਾ ਕੁ ਵੱਡਾ, ਕਿੱਡਾ ਕੁ ਵੱਡਾ, ਕੋਈ 40 ਫੁੱਟ ਇੱਧਰ 40 ਫੁੱਟ ਉੱਧਰ ਨਹੀਂ, ਏਡਾ ਵੱਡਾ ਹੈ ਸਾਰਾ ਸੰਸਾਰ ਹੀ ਤੇਰਾ ਦਰਬਾਰ। ਮੈਂ ਤਾਂ ਤੇਰੀ ਹਜ਼ੂਰੀ ਚ ਰਹਿਣ ਵਾਲਾ, ਮੈਂ ਭਾਵੇਂ ਘਰ ਕਿਰਤ ਕਰ ਰਿਹਾ ਹੋਵਾਂ, ਭਾਵੇਂ ਦੇਸ਼ ਵਿਦੇਸ਼ ਕਿਰਤ ਕਰ ਰਿਹਾ ਹੋਵਾਂ, ਦੁਨੀਆਂ ਚ ਕਿਤੇ ਵੀ ਹੋਵਾਂ, ਮੈਂ ਇਵੇਂ ਮਹਿਸੂਸ ਕਰਦਾ ਮੈਂ ਤੇਰੀ ਹਜ਼ੂਰੀ ਚ ਹਾਂ, ਤੂੰ ਮੈਥੋਂ ਦੂਰ ਨਹੀਂ, ਮੈਂ ਤੇਰੇ ਦਰਬਾਰ ਦੇ ਅੱਗੇ ਖੜਾ ਭਿਖਾਰੀ ਬਣ ਕੇ, ਇਵੇਂ ਤੈਨੂੰ ਮਹਿਸੂਸ ਕੀਤਾ ਵੀ ਤੂੰ ਮੇਰੇ ਨੇੜੇ ਹੈ, ਮੈਂ ਤੈਥੋਂ ਦੂਰ ਨਹੀਂ, ਮੈਂ ਤੈਨੂੰ ਹਰ ਵੇਲੇ ਹਰ ਪਲ ਆਪਣੇ ਕੋਲ ਮਹਿਸੂਸ ਕੀਤਾ। ਦੱਸ ਜਦੋਂ ਤੂੰ ਮੇਰੇ ਇੰਨਾ ਨਾਲ ਰਹਿਣ ਵਾਲਾ, ਕਿਵੇਂ ਕਿਸੇ ਦੀ ਜੇਬ ਕੱਢ ਲਵਾਂ, ਕਿਵੇਂ ਕਿਸੇ ਦੇ ਮੂੰਹ ਚੋਂ ਮੁਰਗੀ ਕੱਢ ਲਵਾਂ, ਮੈਂ ਕਿਵੇਂ ਕਿਸੇ ਦਾ ਗਲ ਘੁੱਟ ਦਿਆਂ, ਕਿਹਦੇ ਕੋਲ ਕਿਹਦੀ ਚੁਗਲੀ ਕਰਾਂ, ਮੈਂ ਮੈਥੋਂ ਨਹੀਂ ਹੋਣੀ ਕਿਉਂਕਿ ਤੂੰ ਮੇਰੇ ਕੋਲ ਜੋ ਖੜਾ। ਮੇਰਾ ਮਨ ਤੈਨੂੰ ਇੰਨਾ ਮਹਿਸੂਸ ਕਰਦਾ, ਮੇਰੇ ਪਾਪ ਛੁੱਟ ਗਏ, ਜਲ ਥਲ ਮਹੀਲ ਰੱਬ ਰਹਿਆ ਸੋਏ ਆਖਿਆ, ਰੱਬ ਦੇ ਪਿਆਰੇ ਚ ਚਾਕਰ ਚ ਇਹ ਖੂਬੀਆਂ ਨੇ, ਔਰ ਇੱਕ ਹੋਰ ਖੂਬੀ, ਹਮ ਨਹੀਂ ਚੰਗੇ ਬੁਰਾ ਨਹੀਂ ਹੋਇਆ। ਹਮ ਦਾ ਅਰਥ ਹਉਮੈ ਤੋਂ ਹੈ, ਹਉਮੈ ਚੰਗੀ ਨਹੀਂ, ਹਉਮੈ ਹੰਕਾਰ ਵਾਲਾ ਸੁਭਾਅ ਚੰਗਾ ਨਹੀਂ, ਉਹ ਮੰਨ ਕੇ ਚੱਲਦਾ ਜੀਵਨ ਅੰਦਰ। ਵੀ ਵਾਹਿਗੁਰੂ ਦੇ ਦਰ ਤੇ ਉਹ ਆਪਣੇ ਆਪ ਨੂੰ ਸਦਾ ਹੀ ਇਹ ਆਖਦੇ ਵੀ ਵਾਹਿਗੁਰੂ ਮੈਂ ਤਾਂ ਬੜਾ ਨਿਕੰਮਾ, ਮੇਰੇ ਕੋਲ ਕੋਈ ਗੁਣ ਨਹੀਂ, ਕੋਈ ਖੂਬੀ ਨਹੀਂ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ। ਉਹ ਕਦੇ ਆ ਕੇ ਗੁਰੂ ਸਾਹਮਣੇ ਨਹੀਂ ਕਹਿੰਦਾ ਮੈਂ ਗੁਰਮੁਖ ਹਾਂ, ਉਹ ਆਖਦਾ ਨਹੀਂ ਮਹਾਰਾਜ ਮੇਰੇ ਤੋਂ ਵੱਡਾ ਮਨਮੁਖ ਹੀ ਕੋਈ ਨਹੀਂ ਦੁਨੀਆਂ 'ਚ, ਗੁਰਮੁਖ ਵੰਡ ਤਾਂ ਮੈਂ ਤੇਰੇ ਕੋਲ ਆਇਆ, ਅਸੀਂ ਪਹਿਲਾਂ ਹੀ ਮੇਰੇ ਵਰਗਾ ਬੰਦਾ ਰਾਜੇ ਗੁਰੂਆਂ ਨੇ ਟੱਪਦਾ, ਪਹਿਲਾਂ ਹੀ ਮੰਨ ਲੈਂਦਾ ਮੈਂ ਤਾਂ ਗੁਰਮੁਖ ਹਾਂ। ਤੇ ਜੇ ਗੁਰਮੁਖ ਆ, ਗੁਰੂ ਆਖਦਾ ਵੀ ਤੂੰ ਮੇਰੇ ਕੋਲ ਕੀ ਲੈਣ ਹੈ, ਤੂੰ ਤਾਂ ਪਹਿਲਾਂ ਹੀ ਗੁਰਮੁਖ ਆ। ਇੱਥੇ ਮੰਨਣਾ ਆ ਕੇ ਮਨ ਕਰਕੇ ਵੀ ਮੇਰੇ ਵਰਗਾ ਮਨਮੁਖ ਕੋਈ ਨਹੀਂ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਕੋਈ ਬੁਰਾ ਨਹੀਂ, ਸਭ ਰੱਬ ਦੇ ਬੰਦੇ ਨੇ, ਸਭ ਰੱਬ ਦੇ ਜੀ ਨੇ। ਰਣਵਤ ਨਾਨਕ ਤਾਰੇ ਸੋਏ, ਦਾਸ ਨਾਨਕ ਬੇਨਤੀ ਕਰਦਾ ਉਹ ਵਾਹਿਗੁਰੂ ਸਾਡੇ ਪਾਰ ਉਤਾਰੇ ਦਾ ਸਾਧਨ ਹੈ, ਉਹਦੇ ਗੁਣਾਂ ਦੀ ਚਾਕਰੀ ਸੇਵਾ ਕਮਾਈਏ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਖਸ਼ਣ, ਸਭਨਾਂ ਦਾ ਧੰਨਵਾਦ, ਫਤਿਹ ਸਾਂਝੀ ਕਰੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।